ਠੀਕ ਹੈ ਨਾ ਜੀ, ਟਰੈਕਟਰ ਦਾ ਮਟੀਰੀਅਲ ਕੋਈ ਵੀ ਟਰੈਕਟਰ ਖੜਾ ਹੋਏਗਾ, ਅਗਰ ਗਾਰਡ ਤੋਂ ਕੋਈ ਬਿਹਤਰ ਟਰੈਕਟਰ ਨਾਲ ਖੜਾ ਹੋਏ, ਔਰ ਮੈਂ ਕਸਮ ਖਾ ਕੇ ਗੱਲ ਆਉਂਦਾ ਕਿ ਮੈਂ ਉਹਨੂੰ ਹੀ ਬਿਹਤਰ ਕਹਾਂਗਾ ਜਿਹੜਾ ਬਿਹਤਰ ਹੋਏਗਾ। ਸਹੀ ਗੱਲ, ਮਾਰਕੀਟ 'ਚ ਮੌਜੂਦ ਜਿੰਨੇ ਬ੍ਰਾਂਡ ਨੇ ਇਹ ਟਰੈਕਟਰ ਉਹਨਾਂ ਨਾਲੋਂ ਹਰ ਤਰ੍ਹਾਂ ਬਿਹਤਰ ਨੇ। ਅਸਲਾਮੁਅਲੈਕਮ ਜੀ, ਤਮਾਮ ਦੋਸਤਾਂ ਨੂੰ ਕਿਸਾਨ ਪਾਕਿਸਤਾਨ ਯੂਟਿਊਬ ਔਰ ਫੇਸਬੁੱਕ ਪੇਜ ਵਿੱਚ ਖੁਸ਼ਾਮਦੀਦ। ਦੋਸਤੋ, ਅੱਜ ਜਨਾਬ ਸਾਡੇ ਤਹਿਸੀਲ ਦੀਪਾਲਪੁਰ ਜ਼ਿਲ੍ਹਾ ਉਕਾੜਾ ਦੇ ਵਿੱਚ, ਮੇਰਾ ਆਪਣਾ ਸ਼ਹਿਰ ਹੈ, ਮੇਰੀ ਆਪਣੀ ਤਹਿਸੀਲ ਹੈ ਜਨਾਬ, ਅਤੇ ਇੱਥੇ ਗਾਰਡ ਵਰਡਿੰਗ ਚੱਲ ਰਹੀ ਹੈ ਨੇ, ਜਿਹੜਾ ਨਾ ਕਾਫੀ ਬੜਾ ਇੱਕ ਪ੍ਰੋਗਰਾਮ ਰੱਖਿਆ, ਅਤੇ ਜਿਹਦੇ ਵਿੱਚ ਗਾਰਡ ਵਰਡ ਰਾਈਸ ਦੇ ਬਾਰੇ ਆਪਾਂ ਨੂੰ ਦੱਸਣਗੇ, ਔਰ ਰਾਈਸ ਦਾ ਇਹ ਮੁਕੰਮਲ ਜਿਹੜਾ ਨਾ ਇਹਨਾਂ ਇੱਕ ਸੈਟਅਪ ਰੱਖਿਆ ਠੀਕ ਹੈ, ਜਿਹਦੇ ਵਿੱਚ ਬੋਵਿੰਗ ਤੋਂ ਲੈ ਅਤੇ ਕਟਾਈ ਤੱਕ, ਔਰ ਨਾਲ ਹੁਣ ਗਾਰਡ ਵਰਡ ਨੇ ਜਿਹੜਾ ਨਾ ਟਰੈਕਟਰ ਲਿਆਉਣੇ ਵੀ ਸ਼ੁਰੂ ਕਰ ਦਿੱਤੇ ਹੈ, ਔਰ ਯੂਰੋਪੀਅਨ ਟੈਕਨੋਲੋਜੀ ਦੇ ਅਹਿਮ ਮੁਤਾਬਕ ਬੜੇ ਹੀ ਜ਼ਬਰਦਸਤ ਟਰੈਕਟਰ। ਅਤੇ ਮਜ਼ੀਦ ਗੱਲਬਾਤ ਕਰਨ ਵਾਸਤੇ ਨਾ ਆਪਣੇ ਨਾਲ ਗਾਰਡ ਵਰਲਡ ਦੇ ਇੰਜੀਨੀਅਰ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਸਕਦੇ, ਟਰੈਕਟਰਾਂ ਦੇ ਬਾਰੇ ਪੁੱਛਾਂਗੇ, ਔਰ ਹਾਰਵੈਸਟਰ ਦੇ ਬਾਰੇ ਪੁੱਛਾਂਗੇ, ਔਰ ਕੁਛ ਕੰਪਨੀ ਦੇ ਬਾਰੇ ਪੁੱਛਾਂਗੇ। ਅਸਲਾਮ ਅਲੈਕਮ ਜੀ। ਵਾਲੇਕੁਮ ਅਸਲਾਮ। ਅਸਫ ਬਾਈ, ਕੀ ਹਾਲ ਚਾਲ ਹੈ? ਅੱਲਾ ਦਾ ਸ਼ੁਕਰ ਖਿੱਚੀ ਸਾਹਿਬ, ਤੁਸੀਂ ਸੁਣਾਓ ਖਰੀਏ? ਅਸਫ ਬਾਈ, ਦੋਸਤਾਂ ਦਾ ਵੀ ਤਾਰਫ ਕਰਾਉਂਦੇ ਚੱਲੋ। ਅੱਛਾ, ਇਹ ਮੇਰੇ ਟੀਮ ਮੈਂਬਰ ਨੇ ਆਪਣਾ ਬਸ਼ੀਰ, ਔਰ ਨਾਲ ਮੇਰੇ ਲੈਫਟ ਹੈਂਡ 'ਤੇ ਉਮਰ ਖਾਨ ਜੀ, ਅਤੇ ਇਹ ਦੋਨੋਂ ਸਪੈਸ਼ਲੀ ਉਮਰ ਖਾਨ ਮਾਰਕੀਟਿੰਗ ਨੂੰ, ਅੱਜ ਕੱਲ੍ਹ ਜਿਸ ਤਰ੍ਹਾਂ ਅਸੀਂ ਆਪਣੇ ਗਾਰਡ ਵਰਡ ਬ੍ਰਾਂਡ ਨੂੰ, ਜਿਹੜਾ ਸਾਡੀ ਪ੍ਰਮੋਸ਼ਨਲ ਐਕਟੀਵਿਟੀਜ਼ ਚੱਲ ਰਹੀਆਂ ਨੇ ਅੱਜ ਕੱਲ੍ਹ, ਫੀਲਡ ਡੇਜ਼ ਗੈਦਰਿੰਗ ਫਾਰਮਰਸ ਦੇ ਨਾਲ, ਇੱਧਰ ਬਸ਼ੀਰ ਬਾਈ ਜਿਹੜੇ ਨੇ ਇਹ ਪਿਛਲੇ ਕਈ ਸਾਲਾਂ ਤੋਂ 25-30 ਸਾਲ ਤੋਂ ਇਸ ਗਾਰਡ ਟੀਮ ਦਾ ਹਿੱਸਾ ਨੇ ਜੀ, ਔਰ ਹਾਰਵੈਸਟਰਸ ਔਰ ਟਰਾਂਸਪਲਾਂਟਰਸ ਉੱਤੇ ਇਹ ਆਪਣੀ ਮਹਾਰਤ ਰੱਖਦੇ ਨੇ ਜੀ, ਉਹਨੂੰ ਜੋੜਨ 'ਚ, ਉਹਨੂੰ ਚਲਾਉਣ 'ਚ, ਠੀਕ ਕਰਨ 'ਚ, ਔਰ ਮੇਰੀ ਇਹ ਸਾਰੀ ਜਿਹੜੀ ਓਪਰੇਟਰਸ ਦੀ ਟੀਮ ਹੈ ਉਹਨੂੰ ਲੀਡ ਕਰਦੇ ਨੇ ਜੀ। ਅਤੇ ਮੇਰਾ ਤਾਰਫ ਜਿਹੜਾ ਹੈ ਉਹ ਮੈਂ, ਤੁਸੀਂ ਜਿਸ ਤਰ੍ਹਾਂ ਦੱਸਿਆ ਆਸਿਫ ਸੰਧੂ, ਔਰ ਮੈਂ ਇਸ ਗਾਰਡ ਵਰਡ ਜਿਹੜੀ ਐਗਰੀ ਮਸ਼ੀਨਰੀ ਹੈ, ਗਾਰਡ ਐਗਰੀ ਦਾ ਜਿਹੜਾ ਪ੍ਰੋਜੈਕਟ ਹੈ ਜੀ, ਉਹਨੂੰ ਮੈਂ ਦੇਖ ਰਿਹਾ ਜੀ। ਅਤੇ ਬਾਈ ਹਰੀ ਮਾਰਕੀਟਿੰਗ ਦੇਖ ਰਹੇ ਨੇ, ਸਾਡੀ ਪ੍ਰਮੋਸ਼ਨ ਜਿਹੜੀ ਐਕਟੀਵਿਟੀਜ਼ ਚੱਲ ਰਹੀਆਂ ਨਾ ਜੀ, ਉਹਨਾਂ ਨੂੰ ਜ਼ਰਾ ਦੇਖਦੇ ਨੇ, ਲੋਕਾਂ ਨੂੰ ਮਿਲਣਾ, ਫਿਰ ਉਹਨਾਂ ਨੂੰ ਗਾਈਡ ਕਰਨਾ। ਅਸੀਂ ਬਾਈ ਇੱਥੇ ਦੀਪਾਲਪੁਰ ਵਿੱਚ ਇਹ ਸਾਰਾ ਸੈਟਅਪ ਔਰ ਇੰਨਾ ਇਹਤਮਾਮ ਕਰਨ ਦਾ ਤੁਹਾਡਾ ਕੀ ਮਕਸਦ ਹੈ? ਜਾਂ ਤੁਸੀਂ ਟਰੈਕਟਰ ਵੀ ਲਿਆਉਂਦੇ ਨੇ, ਆਪਣੀ ਪਿੱਛੇ ਮਸ਼ੀਨ ਵੀ ਖੜੀ ਹੈ, ਇੱਥੇ ਕੋਈ ਦੀਪਾਲਪੁਰ ਵਿੱਚ ਸ਼ੋਰੂਮ ਦਾ ਵੀ ਪ੍ਰੋਗਰਾਮ ਹੈ ਗਾਰਡ ਵਰਲਡ ਕੰਪਨੀ ਦਾ? ਅੱਛਾ, ਇਹ ਬੜਾ ਜਨਰਲ ਜਿਹੜਾ ਤੁਸੀਂ ਸਵਾਲ ਕੀਤਾ ਨਾ, ਇੱਥੇ ਸਾਡਾ ਜਿਹੜਾ ਅੱਜ ਦੇ ਇਕੱਠ ਦਾ ਮਕਸਦ ਹੈ, ਜਾਂ ਸਾਡਾ ਜਿਹੜਾ ਗੈਦਰਿੰਗ ਸਾਡੇ ਕਿਸਾਨਾਂ ਦੀ ਹੋਈ ਹੈ, ਔਰ ਦੀਪਾਲਪੁਰ ਕਿਉਂਕਿ ਬੜਾ ਜ਼ਰਖੇਜ਼, ਖਾਸ ਕਰ ਰਾਈਸ ਨੂੰ ਲੈ ਕੇ ਇੱਕ ਵੱਡਾ ਬੈਲਟ ਸਮਝਿਆ ਜਾਂਦਾ ਜੀ, ਔਰ ਇੱਥੇ ਬਹੁਤ ਸਾਰਾ ਚਾਵਲ ਜਿਹੜਾ ਉਹ ਹਰ ਸਾਲ ਲੱਗਦਾ। ਹਾਂਜੀ, ਔਰ ਇਸ ਲਈ ਅਸੀਂ ਇੱਥੇ ਆਪਣੇ ਫੀਲਡ ਦੀ ਜਿਹੜੀ ਐਕਟੀਵਿਟੀਜ਼ ਕਰਨੇ ਹਾਂ ਸੀਡ ਦੇ ਹਵਾਲੇ ਨਾਲ ਵੀ, ਔਰ ਅੱਜ ਹੁਣ ਅਸੀਂ ਜਿਹੜੀ ਮਸ਼ੀਨਰੀ ਡਿਸਪਲੇ ਕੀਤੀ ਹੈ, ਉਹ ਮਕਸਦ ਇਹ ਹੀ ਹੈ ਕਿ ਤਾਂ ਕਿ ਸਾਡੀ ਜਿਹੜੀ ਸਾਡੇ ਹਾਰਵੈਸਟਰ ਦੇ ਉੱਤੋਂ, ਔਰ ਸਾਡੇ ਜਿਹੜੇ ਟਰਾਂਸਪਲਾਂਟਰ ਨੇ, ਮੁੰਜੀ ਦੀ ਲਵਾਈ ਵਾਲੀ ਜਿਹੜੀ ਮਸ਼ੀਨ ਹੈ, ਉਹਦੇ ਨਾਲ ਤਾਂ ਸਾਡਾ ਕਿਸਾਨ ਬੜਾ ਅਗਾਹ ਹੈ ਉਹਦੇ ਤੋਂ, ਬਟ ਹੁਣ ਜਿਹੜਾ ਸਾਡਾ ਨਿਊ ਇੱਕ ਪ੍ਰੋਜੈਕਟ ਸੀ ਇਹ ਟਰੈਕਟਰਸ ਦਾ, ਉਹਦੇ ਹਵਾਲੇ ਨਾਲ ਅਸੀਂ ਇਹ ਚਾਹ ਰਹੇ ਸਨ ਕਿ ਅਸੀਂ ਉਹਨਾਂ ਉਹ ਵੀ ਆਪਣੇ ਕਿਸਾਨਾਂ ਨੂੰ ਇੰਟਰੋਡਿਊਸ ਕਰਵਾਈਏ। ਮੈਂ ਇੱਥੇ ਨਾ ਇੱਕ ਗੱਲ ਜ਼ਰਾ ਕਰਦੇ ਹਾਂ ਕਿ ਤੁਸੀਂ ਗਾਰਡ ਐਗਰੀ, ਕਿਉਂਕਿ ਪਹਿਲੇ ਸੀਡ ਦਾ ਬੜੇ ਵੱਡੇ ਲੈਵਲ 'ਤੇ, ਔਰ ਗਾਰਡ ਸੀਡ ਮੇਰਾ ਖਿਆਲ ਹੈ, ਖਿਆਲ ਨਹੀਂ ਬਲਕਿ ਮੈਂ ਸ਼ੋਰ ਹਾਂ ਕਿ ਇਹ ਪਾਕਿਸਤਾਨ ਦਾ ਨੰਬਰ 1 ਬ੍ਰਾਂਡ ਹੈ। ਜ਼ਬਰਦਸਤ, ਜਿਸ ਤਰ੍ਹਾਂ ਪ੍ਰੋਬਲਮਸ ਆਈਆਂ ਹੁਣ ਵੀ ਭਰਾਈ ਦਾ, ਦਾਣਾ ਦੀ ਭਰਾਈ ਔਰ ਬਾਕੀ ਚੀਜ਼ਾਂ, ਉਹਦੇ ਵਿੱਚ ਵੀ ਗਾਰਡ ਦੇ ਬੀਜ ਇੱਕ ਨੰਬਰ 'ਤੇ ਹੈ, ਗਾਰਡ ਦੇ ਬੀਜ ਨੇ ਅੱਛਾ ਪਰਫਾਰਮ ਕੀਤਾ, ਤੁਸੀਂ ਇਸ ਗੱਲ ਨੂੰ ਓਨ ਕਰੋਗੇ, ਆ ਲਿਟਲ ਬਿਟ ਪ੍ਰੋਬਲਮ ਤਾਂ ਹੋਏ ਨੇ ਹੀਟ ਦੀ ਵਜ੍ਹਾ ਤੋਂ ਆਏ ਨੇ, ਬਟ ਉਹਦੇ ਬਾਵਜੂਦ ਬਾਕੀ ਬੀਜਾਂ ਦੇ ਨਿਸਬਤ ਜਿਹੜਾ ਨਾ ਗਾਰਡ ਵਿੱਚ ਬਹੁਤ ਘੱਟ ਜੇ ਪ੍ਰੋਬਲਮ। ਅਸੀਂ ਖਿੱਚ ਸਾਹਿਬ ਫੀਲਡ 'ਚ ਮੌਜੂਦ ਹਾਂ, ਔਰ ਮੈਂ ਦੇਖਿਆ ਹੈ ਕਿ ਕੋਈ ਬੰਦਾ ਵੀ, ਬਲਕਿ ਕੰਪਨੀਜ਼ ਨੇ ਆਪਣੀ ਟੀਮ ਨੂੰ ਕਿਹਾ ਕਿ ਤੁਸੀਂ ਬੰਦੇ ਦੇ ਪੁੱਤਰ ਬਣੋ ਅਤੇ ਘਰ ਹੀ ਰਹੋ, ਇਸ ਤੋਂ ਪਹਿਲਾਂ ਜ਼ਿਮੀਂਦਾਰ ਲੱਥੇ ਮਾਰਨ।
ਤੇ ਉਹ ਚੀਜ਼ਾਂ ਤੋਂ ਬਹਰਹਾਲ ਗਾਰਡ ਸੀਡ ਨੇ ਉਸਦੇ ਬਾਵਜੂਦ ਵੀ ਇਕੱਠ ਰੱਖੇ ਔਰ ਲੋਕਾਂ ਦੀ ਕੰਪਨਸੇਟ ਕਰਨ ਦੀ ਕੋਸ਼ਿਸ਼ ਕੀਤੀ ਔਰ ਅਲਹਮਦੁਲਿਲਾ ਗਾਰਡ ਨੇ ਬਹੁਤ ਅੱਛਾ ਪਰਫਾਰਮ ਕੀਤਾ ਹੈ। ਗਾਰਡ ਦਾ ਸਲੋਗਨ ਹੈ ਕਿ ਕਿਸਾਨ ਦੋਸਤ ਜੀ, ਤੋ ਪੰਜਾਬੀ ਦਾ ਇੱਕ ਮੈਂ ਐਡ ਕਰਨਾ ਚਾਹਾਂਗਾ ਕਿ ਭਾਵੇਂ ਤੋਲਾ ਮਾਸਾ ਰੱਖੀਏ ਜੀ ਤੇ ਬੁੱਲੀਆਂ ਉੱਤੇ ਹਾਸਾ ਰੱਖੀਏ ਜ਼ਬਰਦਸਤ, ਤੇ ਮੂੰਹੋਂ ਕੌੜੀ ਗੱਲ ਨਾ ਕਹੀਏ, ਜਿਬ ਦੀ ਥਾਂ ਪਤਾਸਾ ਰੱਖੀਏ ਹਾਂਜੀ, ਤੇ ਜਾਂ ਫਿਰ ਯਾਰ ਨੂੰ ਯਾਰ ਨਾ ਕਹੀਏ ਤੇ ਜਾਂ ਫਿਰ ਯਾਰ ਦਾ ਪਾਸਾ ਰੱਖੀਏ। ਕਿਆ ਬਾਤ, ਅਸੀਂ ਕਿਸਾਨ ਦੋਸਤ ਹੋਣ ਦੇ ਨਾਤੇ, ਕਿਸਾਨਾਂ ਦੇ ਯਾਰ ਹੋਣ ਦੇ ਨਾਤੇ, ਅਸੀਂ ਸੀਡ ਦੇ ਨਾਲ ਨਾਲ ਅਸੀਂ ਇਸ ਆਪਣੀ ਐਗਰੀ ਮਸ਼ੀਨਰੀ ਨੂੰ ਹੁਣ ਇਹ ਚਾਹੁੰਦੇ ਹਾਂ ਕਿ ਸਾਡੇ ਹਰ ਕਿਸਾਨ ਤੱਕ ਇਹ ਪੈਗਾਮ ਕਮ ਅਜ਼ ਕਮ ਪਹੁੰਚੇ ਕਿ ਹੁਣ ਜਿਹੜੀ ਲੇਟੈਸਟ ਟੈਕਨੋਲੋਜੀ ਹੁਣ ਪਾਕਿਸਤਾਨ 'ਚ ਅਲਹਮਦੁਲਿਲਾ ਸਾਨੂੰ ਅਵੇਲੇਬਲ ਹੈ ਔਰ ਸਸਤੇ ਦਾਮੋਂ ਅਵੇਲੇਬਲ ਹੈ ਚਾਈਨੀਜ਼ ਟੈਕਨੋਲੋਜੀ। ਚਾਈਨਾ ਮੈਂ ਪਹਿਲਾਂ ਵੀ ਬਾਰਾਂ ਕੋਟ ਕਰਨਾ ਕਿ ਹੁਣ ਆਟੋ ਦੇ ਵਿੱਚ ਐਗਰੀ ਮਸ਼ੀਨਰੀ ਦੇ ਵਿੱਚ ਲੀਡਰ ਹੈ ਜੀ, ਬਿਲਕੁਲ ਠੀਕ ਹੈ ਨਾ ਜੀ। ਮੈਂ ਸਾਡਾ ਇਹ ਜਿਹੜਾ ਬ੍ਰਾਂਡ ਨਿਊ ਹਾਰਵੈਸਟਰ ਖੜਾ ਹੈ WD 125 Pro ਜੀ ਜੀ 125 Pro, ਇਹ ਸਾਡਾ ਰਾਈਸ ਹਾਰਵੈਸਟਰ ਸਪੈਸ਼ਲੀ ਕਰਾਲਰ ਟਾਈਪ ਔਰ ਫੁੱਲ ਫੀਡ। ਅੱਛਾ ਅਸ ਬਾਈ, ਇਹ ਗਾਰਡ ਮਸ਼ੀਨਰੀ ਕਿਹੜੀ ਕਿਹੜੀ ਜਿਹੜਾ ਇਹ ਤੁਸੀਂ ਰੈਂਟ 'ਤੇ ਚਲਾਉਂਦੇ ਹੋ ਜਾਂ ਕੋਈ ਖਰੀਦ ਵੀ ਸਕਦਾ ਹੈ, ਔਰ ਕਿਹੜੀ ਕਿਹੜੀ ਮਸ਼ੀਨਰੀ ਗਾਰਡ ਵਰਲਡ ਕੋਲ ਮੌਜੂਦ ਹੈ? ਅੱਛਾ ਦੇਖੋ, ਸਭ ਤੋਂ ਪਹਿਲੇ ਤਾਂ ਮੈਂ ਇਹ ਦੱਸਾਂ ਕਿ ਸਾਡੇ ਕੋਲ ਮਸ਼ੀਨਰੀ ਕਿਹੜੀ ਕਿਹੜੀ ਮੌਜੂਦ ਹੈ। ਅਸੀਂ ਇੱਕ ਚਾਈਨਾ ਦੀ ਨੰਬਰ 1 ਕੰਪਨੀ ਦੇ ਸੋਲ ਡਿਸਟ੍ਰੀਬਿਊਟਰ ਹਾਂ ਪਾਕਿਸਤਾਨ 'ਚ ਜੀ। FM ਵਰਲਡ ਐਗਰੀ ਮਸ਼ੀਨਰੀ ਜਿਹੜੀ ਹੈ ਉਹ ਚਾਈਨਾ ਦਾ ਇੱਕ ਨੰਬਰ 1 ਮਸ਼ੀਨਰੀ ਬਣਾਉਣ ਵਾਲੀ ਕੰਪਨੀ ਹੈ, ਉਹਦੇ ਅਸੀਂ ਇੱਥੇ ਡੀਲਰ ਹਾਂ ਜੀ। ਔਰ ਸਾਡੇ ਕੋਲ ਇੱਕ ਲੰਬੀ ਰੇਂਜ ਹੈ ਐਗਰੀ ਮਸ਼ੀਨਰੀ ਦੀ, ਜਿਹਦੇ ਵਿੱਚ ਸਾਡੇ ਕੋਲ ਹਾਰਵੈਸਟਰਸ ਔਰ ਹਾਰਵੈਸਟਰਸ ਦੇ ਵਿੱਚ ਰਾਈਸ ਹਾਰਵੈਸਟਰ ਕਰਾਲਰ ਟਾਈਪ, ਉਹਦੇ ਨਾਲ ਨਾਲ ਵੀਲ ਟਾਈਪ, ਉਹਦੇ ਨਾਲ ਸਾਡੇ ਕੋਲ ਹਾਫ ਫੀਡ ਹਾਰਵੈਸਟਰ, ਉਹਦੇ ਨਾਲ ਸਾਡੇ ਕੋਲ ਕੋਪ ਪਿੱਕਰ, ਉਹਦੇ ਨਾਲ ਸਾਡੇ ਕੋਲ ਕਾਟਨ ਪਿੱਕਰ, ਠੀਕ ਹੈ ਨਾ ਜੀ। ਉਹਦੇ ਨਾਲ ਸਾਡੇ ਕੋਲ ਸ਼ੂਗਰ ਕੇਨ ਹਾਰਵੈਸਟਰ, ਠੀਕ ਹੈ। ਇਹ ਸਾਰੀ ਰੇਂਜ ਸਾਡਾ ਜਿਹੜਾ ਪ੍ਰਿੰਸੀਪਲ ਹੈ, ਜਿਹੜਾ ਸਾਡਾ ਸਪਲਾਇਰ ਹੈ, ਉਹਦੇ ਕੋਲ ਮੌਜੂਦ ਹੈ। ਅਸੀਂ ਹੁਣ ਐਟ ਦਾ ਫਾਰ ਦਾ ਟਾਈਮ ਬੀਇੰਗ ਅਸੀਂ ਜਿਹੜਾ ਕਰ ਰਹੇ ਹਾਂ, ਉਹ ਸਾਡੇ ਕੋਲ ਇਹ ਹਾਰਵੈਸਟਰ ਕੰਬਾਈਨ ਹਾਰਵੈਸਟਰ, ਉਹਦੇ ਨਾਲ ਨਾਲ ਰਾਈਸ ਟਰਾਂਸਪਲਾਂਟਰ, ਔਰ ਸਾਡਾ ਇੱਕ ਨਿਊ ਪ੍ਰੋਜੈਕਟ ਜਿਹੜਾ ਟਰੈਕਟਰਸ, ਅਸੀਂ ਅੱਗੇ ਇਨਸ਼ਾਅੱਲਾ ਜਲਦ ਹੀ ਆਪਣੇ ਬੇਲਰਸ ਵੀ ਇੱਥੇ ਸ਼ਾਮਲ ਕਰਨਾ ਚਾਹ ਰਹੇ ਹਾਂ। ਅੱਛਾ, ਇੱਕ ਲੰਬੀ ਰੇਂਜ ਹੈ ਸਾਡੇ ਕੋਲ ਬਾਈ। ਟਰੈਕਟਰਾਂ ਵੱਲੇ ਆ ਜਾਈਏ ਤਾਂ, ਤੇ ਟਰੈਕਟਰ ਆਪਾਂ ਕਿਹੜੀ ਕਿਹੜੀ ਕੈਟਾਗਰੀ ਦੇ, ਕਿੰਨੇ HP ਦੇ ਟਰੈਕਟਰ ਗਾਰਡ ਪਾਕਿਸਤਾਨ ਦੇ ਵਿੱਚ ਲਿਆ ਰਹੀ ਹੈ, ਔਰ ਨੈਕਸਟ ਪਲਾਨ ਫਿਊਚਰ ਵਿੱਚ ਫਿਊਚਰ ਕੀ ਹੈ ਗਾਰਡ ਕੰਪਨੀ ਦਾ? ਅੱਛਾ, ਟਰੈਕਟਰ ਦੇ ਹਵਾਲੇ ਨਾਲ ਪਹਿਲੇ ਵੀ ਅਸੀਂ ਜਿਹੜਾ ਨਾ ਜੀ ਇਹ ਤੁਹਾਨੂੰ ਆਪਣੇ ਵੇਰੀਐਂਟ ਦੇ ਬਾਰੇ ਅਗਾਹ ਕੀਤਾ ਕਿ ਕਿਹੜੇ ਕਿਹੜੇ ਸਾਡੇ ਕੋਲ ਹਾਸ ਪਾਵਰ ਨੇ, ਕਿਹੜੇ ਕਿਹੜੇ ਸਾਡੇ ਕੋਲ ਵੇਰੀਐਂਟ ਨੇ। ਅਸੀਂ ਹੁਣ ਜਿਹੜਾ ਸਾਡੇ ਕੋਲ ਮੌਜੂਦ ਨੇ ਉਹ ਅਸੀਂ 3 ਤਰ੍ਹਾਂ ਦੀ ਹਾਸ ਪਾਵਰ ਰੇਂਜਿਸ 50, 75 ਔਰ 110 ਲੈ ਕੇ ਆ ਰਹੇ ਹਾਂ। ਠੀਕ, ਉਹਦੇ ਵਿੱਚ 2-wheel ਅਤੇ 4-wheel ਦੋਨੋਂ 50-75 'ਚ ਸ਼ਾਮਲ ਆਪਸ਼ਨ ਮੌਜੂਦ, ਆਪਸ਼ਨ ਮੌਜੂਦ। ਫਿਊਚਰ ਦੇ ਹਵਾਲੇ ਨਾਲ ਗੱਲ ਕਰੀਏ ਤਾਂ, ਕਿਉਂਕਿ ਗਾਰਡ ਮੈਂ ਤੁਹਾਨੂੰ ਕਿਹਾ ਕਿ ਪਿਛਲੇ ਕੋਈ 25-30 ਸਾਲਾਂ ਤੋਂ ਅਸੀਂ ਸੀਡ ਦਾ ਨੰਬਰ 1 ਸੀਡ ਬ੍ਰਾਂਡ ਹੈ ਗਾਰਡ ਜੀ, ਔਰ ਸਾਡਾ ਫਿਊਚਰ ਅਲਹਮਦੁਲਿਲਾ ਸਾਡਾ ਫਿਊਚਰ ਸਾਡੇ ਕਿਸਾਨ ਨੇ ਜੀ, ਔਰ ਉਹਨਾਂ ਦੇ ਨਾਲ ਨਾਲ ਸਾਡੀ ਜਿਹੜੀ ਸਾਡੀ ਕੁਆਲਿਟੀ ਉਹ ਜਿਹੜਾ ਅਸੀਂ ਉਹਨੂੰ ਪਲਾਨ ਕੀਤਾ ਹੈ ਸਾਰੀਆਂ ਚੀਜ਼ਾਂ ਨੂੰ। ਅਸੀਂ 2-4, 10-15 ਜਾਂ ਕੋਈ 50 ਟਰੈਕਟਰ ਵੇਚ ਕੇ ਅਸਾਈਡ ਹੋਣ ਵਾਲਾ ਮੂਡ ਨਹੀਂ ਹੈ ਸਾਡਾ। ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਇਸ ਟਰੈਕਟਰ ਨੂੰ ਅਸੀਂ ਮੁਖਤਲਿਫ ਟੈਸਟ ਟ੍ਰਾਇਲ 'ਚੋਂ ਗੁਜ਼ਾਰਿਆ, ਫਿਊਲ ਟੈਸਟਿੰਗ ਵੀ ਕੀਤੀ, ਇਹਦੀ ਖਿਚਾਈ ਦੇ ਟੈਸਟ ਕੀਤੇ, ਹਰ ਇੰਪਲੀਮੈਂਟ ਦੇ ਨਾਲ ਇਹਦੀ ਅਟੈਚਮੈਂਟ ਨੂੰ ਚੈੱਕ ਕੀਤਾ, ਹਰ ਜ਼ਮੀਨ ਦੀ ਜਿਹੜੀ ਨੇਚਰ ਸੀ ਉਹਦੇ ਉੱਤੇ ਚੈੱਕ ਕੀਤਾ। ਅਤੇ ਅਸੀਂ ਇਹ ਚਾਹੁੰਦੇ ਹਾਂ ਕਿ ਅਗਰ ਇਹ ਟਰੈਕਟਰ, ਔਰ ਅਲਹਮਦੁਲਿਲਾ ਹੈ, ਜਦੋਂ ਸਾਡੇ ਕਿਸਾਨਾਂ ਵਾਸਤੇ ਬੜਾ ਬੜਾ ਕੰਪੈਟੀਬਲ ਹੋ ਜਾਏ ਔਰ ਸਾਡੀ ਜ਼ਰੂਰਤ ਬਣੇ, ਫਿਰ ਸਾਡੀ ਫਿਊਲ ਦੀ ਜਿਹੜੀ ਸੇਵਿੰਗ ਹੈ, ਜਿਹੜੀ ਤੇਲ ਦੀ ਬੱਚਤ ਹੈ, ਉਹਦਾ ਫਾਇਦਾ ਸਾਡੇ ਕਿਸਾਨ ਨੂੰ ਪਹੁੰਚੇ। ਫਿਰ ਇਵੈਂਚੁਅਲੀ ਇਨਸ਼ਾਅੱਲਾ ਸਾਡਾ ਪਲਾਨ ਹੈ ਕਿ ਅਸੀਂ ਇਸ ਟਰੈਕਟਰ ਨੂੰ ਲੋਕਲਾਈਜ਼ ਕਰੀਏ, ਇੱਥੇ ਅਸੈਂਬਲ ਕਰੀਏ, ਇੱਥੇ ਮੈਨੂਫੈਕਚਰ ਕਰੀਏ। ਜ਼ਬਰਦਸਤ ਜੀ, ਅਸ ਬਾਈ
ਇਹ ਗਾ ਟਰੈਕਟਰ ਜਿਹੜੇ ਚੱਲ ਰਹੇ ਨਾ, ਇਸ ਤੋਂ ਪਹਿਲੇ ਵੀ ਆਪਾਂ ਵੀਡੀਓ ਬਣਾਈਆਂ ਨੇ ਇਹਦੀ ਪਰਫਾਰਮੈਂਸ ਦੀਆਂ, ਤੇ ਕੁਛ ਇਹਦੇ ਵਿੱਚ ਇਸ਼ੂਜ਼ ਵੀ ਆ ਰਿਹਾ ਸੀ ਲੋਕਾਂ ਨੂੰ। ਮੈਂ ਉਹਨਾਂ ਨੂੰ ਇਸ਼ੂ ਨਹੀਂ ਕਹਿੰਦਾ, ਮੈਂ ਕਹਿੰਦਾ ਕੁਛ ਸਾਡੀ ਵੀ ਗਲਤੀ ਹੈ ਕਿਸਾਨਾਂ ਦੀ ਇਸ ਟੈਕਨੋਲੋਜੀ ਨੂੰ, ਇਸ ਟਰਾਂਸਮਿਸ਼ਨ ਨੂੰ, ਇਹਨਾਂ ਚੀਜ਼ਾਂ ਨੂੰ ਸਮਝਣ ਦੀ, ਕਿਉਂਕਿ ਇਸ ਤੋਂ ਪਹਿਲੇ ਪਾਕਿਸਤਾਨ ਵਿੱਚ ਅਸੀਂ ਹਾਈ ਲੋ ਚਲਾ ਰਹੇ ਹਾਂ ਸਪੀਡ, ਔਰ ਤਕਰੀਬਨ 60 ਸਾਲ ਪੁਰਾਣੀ ਜਿਹੜੀ ਟੈਕਨੋਲੋਜੀ ਦੇ ਟਰੈਕਟਰ ਨੇ ਉਹ ਚਲਾ ਰਹੇ ਹਾਂ, ਤੇ ਇਹ ਜਦੀਦ ਹੈ, ਇਹਨੂੰ ਸਮਝਣ ਵਿੱਚ ਜਿਹੜਾ ਨਾ ਕਾਫੀ ਟਾਈਮ ਲੱਗਣਾ ਹੈ। ਤੇ ਕਾਫੀ ਦੋਸਤਾਂ ਨੇ ਲੇਕਿਨ ਜਿਹੜਾ ਨਾ ਸਵਾਲ ਉਠਾਇਆ ਵੀ ਟਰੈਕਟਰ ਤਾਂ ਜਨਾਬ ਹੈ 110 horsepower ਜਾਂ ਟਰੈਕਟਰ ਹੈ 75 horsepower, ਟਾਇਰ ਉਹਨੂੰ ਜਨਾਬ ਛੋਟੇ ਦਿੱਤੇ ਦੇ ਦਿੱਤੇ ਤੁਸੀਂ 60 HP ਦੇ, ਜਾਂ ਵੱਡਾ ਟਰੈਕਟਰ ਹੈ ਤਾਂ ਉਹਨੂੰ ਵੀ 60 HP ਵਾਲੇ ਟਾਇਰ ਨੇ, ਟਾਇਰ ਛੋਟੇ ਨੇ। ਤੇ ਕੁਛ ਦੋਸਤ ਕਹਿੰਦੇ ਪਹਿਲੇ ਗੇਅਰ ਵਿੱਚ ਨਹੀਂ ਚੱਲਦਾ, ਤੇ ਇਸ ਤਰੀਕੇ ਦੇ ਸਵਾਲ ਨੇ ਇਹਨਾਂ ਦਾ, ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਟਾਇਰਾਂ ਦੇ ਬਾਰੇ? ਅੱਛਾ, ਇਹ ਬੜੇ ਵੈਲਿਡ ਸਵਾਲ ਨੇ ਜਿਹੜੇ ਸਾਰੇ ਕਨਫਿਊਜ਼ਨ ਸਾਡੇ ਕਿਸਾਨਾਂ ਦੇ ਜ਼ਿਹਨ 'ਚ, ਕੁਛ ਸਾਡੇ ਭਾਈਆਂ ਨੇ, ਵੈਸੇ ਹੀ ਜਿਹੜੇ ਕੋਈ ਸਾਡੇ ਬਾਇਸਡ ਲੋਕ ਨੇ, ਮੈਂ ਯੂਟਿਊਬਰ ਨਹੀਂ ਕਹਾਂਗਾ ਉਹਨਾਂ ਨੂੰ, ਔਰ ਵੈਸੇ ਹੀ ਜਿਨ੍ਹਾਂ ਦੀ ਕੋਈ ਅਟੈਚਮੈਂਟ ਹੈ, ਕੋਈ ਲੋਇਲਟੀ ਹੈ ਕਿਸੇ ਖਾਸ ਗਰੁੱਪ ਦੇ ਨਾਲ, ਉਹ ਲੋਕ ਕਰਦੇ ਰਹੇ। ਬਹਰਹਾਲ ਇਹਨਾਂ ਨੂੰ ਲੈ ਕੇ ਜਿਹੜੀ ਸਾਡੀ ਪਲੈਨਿੰਗ ਸੀ, ਔਰ ਜਿਹੜੀ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੇ ਇਸ਼ੂਜ਼ ਨੇ ਇਹਨਾਂ ਨੂੰ ਟੈਕਲ ਕਰੀਏ, ਔਰ ਕਿਸਾਨ ਨੂੰ, ਔਰ ਬਲਕਿ ਸਪੈਸ਼ਲੀ ਮੈਂ ਤਾਂ ਇਹ ਗੱਲ ਹਮੇਸ਼ਾ ਕਰਨਾ ਹੁੰਦਾ ਕਿ ਅਗਰ ਇਹ ਟਰੈਕਟਰ ਕਿਸੇ ਹਵਾਲੇ ਦੇ ਨਾਲ ਵੀ ਨਾਕਸ ਨੇ ਜਾਂ ਕੋਈ ਐਸਾ ਪ੍ਰੋਬਲਮ ਹੈ, ਤਾਂ ਫਿਰ ਸਾਨੂੰ ਨਾ ਕੰਪਨੀ ਨੂੰ ਇਹਨੂੰ ਅਸੀਂ ਧੱਕੇ ਦੇ ਨਾਲ ਫੀਲਡ 'ਚ ਘੁਸਾਉਣ ਦੀ ਕੋਸ਼ਿਸ਼ ਨਹੀਂ ਕਰਨੀ। ਸਾਡਾ ਬਾਏ ਗੋਡ ਸਾਡਾ ਇਹ ਵਿਜ਼ਨ ਹੈ, ਸਾਡਾ ਇਹ ਮੋਟਿਵ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹ ਚੀਜ਼ ਲੈ ਕੇ ਆਈਏ ਜਿਹੜੀ ਕਿਸਾਨ ਵਾਸਤੇ, ਸਾਡੇ ਮੁਲਕ ਵਾਸਤੇ ਫਾਇਦਾਮੰਦ ਹੋਏ। ਸਾਡਾ ਟਾਰਗੇਟ ਅਸਲ ਫਿਊਲ ਸੇਵਿੰਗ ਹੈ, ਹਾਂਜੀ, ਸਾਨੂੰ ਜਿਹਦੇ ਵਿੱਚ ਕੋਈ 25-30% 35% ਬੱਚਤ ਮਿਲੇ, ਜਿਹੜਾ ਲੇਟੈਸਟ ਟੈਕਨੋਲੋਜੀ ਦਾ ਹਾਮਲ ਚੀਜ਼ ਟਰੈਕਟਰ ਹੋਏ। ਅਤੇ ਬਹਰਹਾਲ ਜਿਹੜੀ ਤੁਸੀਂ ਟਾਇਰ ਸਾਈਜ਼ ਦੀ ਗੱਲ ਕੀਤੀ ਹੈ ਨਾ, ਅਸੀਂ ਉਹਦੇ ਵਿੱਚ ਉਹਨਾਂ ਨਾਲ ਆਪਣੀ ਸ਼ੇਅਰਿੰਗ ਕਰ ਲਈ ਆਪਣੇ ਪ੍ਰਿੰਸੀਪਲ ਦੇ ਨਾਲ ਵੀ ਕਿ ਯਾਰ ਇਹ ਟਾਇਰ ਸਾਈਜ਼ ਨੂੰ ਥੋੜ੍ਹਾ ਅਸੀਂ ਅਗਰ ਕੰਪਨਸੇਟ ਕਰੀਏ ਜਾਂ ਇੰਪਰੂਵ ਕਰੀਏ ਅਗਰ ਲੋੜ ਹੈ। ਉਹਨਾਂ ਨੇ ਕਿਹਾ ਜੀ ਸਾਡੇ ਕੋਲ 2 ਤਰ੍ਹਾਂ ਦੀ ਟਰਾਂਸਮਿਸ਼ਨ ਦੇ ਨਾਲ ਜਿਹੜੀ ਐਡਜਸਟਮੈਂਟ ਹੈ ਅਸੀਂ ਕਰ ਸਕਦੇ ਹਾਂ। ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤੀਆਂ, ਅਸੀਂ ਬੈਠ ਕੇ ਆਪਣੀ ਟੀਮ ਦੇ ਨਾਲ ਉਹਨੂੰ ਫਾਈਨਲਾਈਜ਼ ਕੀਤਾ, ਔਰ ਨਿਊ ਸ਼ਿਪਮੈਂਟ ਦੇ ਵਿੱਚ ਜਿਸ ਤਰ੍ਹਾਂ ਸਾਡੇ ਕਿਸਾਨਾਂ ਨੇ ਕਿਹਾ ਅਸੀਂ ਉਹਨਾਂ ਨੂੰ ਉਹਦੇ ਵਿੱਚ ਸ਼ਾਮਿਲ ਕੀਤਾ। ਹਾਂਜੀ, ਔਰ ਜਿਹੜੀ ਤੁਸੀਂ ਟਰਾਂਸਮਿਸ਼ਨ ਦੀ ਗੱਲ ਕੀਤੀ ਹੈ ਨਾ, ਉਹ ਤੁਸੀਂ ਵੀ ਇਸ ਗੱਲ ਤੋਂ ਬੜਾ ਬਾਖੂਬੀ ਅਗਾਹ ਹੋ ਕਿ 2 ਤਰ੍ਹਾਂ ਦਾ ਸਿਸਟਮ ਜਿਹੜਾ ਟਰਾਂਸਮਿਸ਼ਨ ਦਾ ਦੁਨੀਆ 'ਤੇ ਚੱਲਦਾ ਹੈ, ਇੱਕ ਸਾਡਾ ਸ਼ਟਲ ਗੇਅਰ ਸਿਸਟਮ, ਔਰ ਦੂਸਰਾ ਸਾਡਾ ਜਿਹੜਾ ਰਵਾਇਤੀ 8-2 ਵਾਲਾ ਸਿਸਟਮ, 8-2, ਬਿਲਕੁਲ 8-2, ਔਰ ਦੂਸਰਾ ਜਿਹੜਾ ਸ਼ਟਲ ਗੇਅਰ ਸਿਸਟਮ, ਜਿਹੜਾ ਸ਼ਟਲ ਗੇਅਰ ਸਿਸਟਮ ਹੈ ਹੁਣ ਲੇਟੈਸਟ ਜਿਹੜੀ ਟਰਾਂਸਮਿਸ਼ਨ ਹੈ, ਹਾਂਜੀ, ਉਹਦੇ ਵਿੱਚ ਉਹ ਤਾਂ ਇਹਦੇ 'ਚ ਸ਼ਾਮਲ ਹੈ ਕਿਉਂਕਿ ਉਹ ਲੇਟੈਸਟ ਹੈ। ਮੈਂ ਬ੍ਰਾਂਡ, ਬਾਕੀ ਬ੍ਰਾਂਡ ਵੀ ਲੋਵਲ, ਕਬੂਟਾ, YTO, ਜੋਨ ਡੀਅਰ, ਠੀਕ ਹੈ ਜੀ, ਨੰਬਰ ਆਫ ਬ੍ਰਾਂਡ ਜਿਹੜੇ ਟਰੈਕਟਰ ਦੇ ਨੇ ਉਹ ਸਾਰੇ ਇਹੀ ਟਰਾਂਸਮਿਸ਼ਨ ਯੂਜ਼ ਕਰ ਰਹੇ ਨੇ ਜਿਹੜੀ ਸਾਡੇ ਟਰੈਕਟਰ 'ਚ ਸ਼ਾਮਲ ਹੈ। ਬਟ ਵਜ੍ਹਾ ਇਹ ਆ ਕਿ ਸਾਡਾ ਕਿਸਾਨ ਉਹਦੇ ਨਾਲ ਇੰਨਾ ਪ੍ਰੈਕਟੀਕਲ ਨਹੀਂ ਹੈਗਾ, ਉਹਨੂੰ ਪਤਾ ਨਹੀਂ ਕਿ ਕਿਸ ਤਰ੍ਹਾਂ ਯੂਜ਼ ਕਰਨਾ, ਉਹਦਾ ਪ੍ਰੋਬਲਮ ਹੈ, ਇਸ ਲਈ ਉਹਦੇ 'ਚ ਮਸਲਾ ਆਇਆ। ਪਰ ਅਸੀਂ ਜਾ ਕੇ ਲੋਕਾਂ ਨੂੰ ਟ੍ਰੇਨਿੰਗ ਦਿੱਤੀ, ਆਪਣੇ ਜ਼ਿੰਮੇਦਾਰਾਂ ਦੇ ਨਾਲ ਰਹੇ, ਉਹਨਾਂ ਨੂੰ ਦੱਸਿਆ ਕਿ ਅਸੀਂ ਇਹਨੂੰ ਕਿਸ ਤਰ੍ਹਾਂ ਯੂਜ਼ ਕਰਨਾ, ਔਰ ਕਿਹੜੇ ਗੇਅਰ ਨੂੰ ਕਿਸ ਤਰ੍ਹਾਂ, ਉਹ ਕੰਬੀਨੇਸ਼ਨ ਬਣਾਉਣਾ ਪੈਂਦਾ ਸਾਨੂੰ ਆਪਣੇ ਲੋਡ ਦੇ ਮੁਤਾਬਕ, ਅਤੇ ਉਹਦੇ 'ਚ ਪ੍ਰੋਬਲਮ ਹੈ। ਬਾਕੀ ਅਲਹਮਦੁਲਿਲਾ ਟਰੈਕਟਰ ਦੀ ਖਿਚਾਈ, ਟਰੈਕਟਰ ਦੀ ਜਿਹੜੀ ਫਿਊਲ ਕੰਜ਼ਮਪਸ਼ਨ, ਟਰੈਕਟਰ ਦੀ ਡਿਊਰੇਬਿਲਿਟੀ, ਟਰੈਕਟਰ ਦਾ ਵਜ਼ਨ, ਟਰੈਕਟਰ ਦੀ ਕੁਆਲਿਟੀ, ਉਹ ਤੁਹਾਡੇ ਸਾਹਮਣੇ ਆ। ਔਰ ਹਰ ਬੰਦੇ ਨੇ, ਮੇਰੇ ਕੋਲ ਅਦਰ ਬ੍ਰਾਂਡ ਦੇ ਲੋਕ ਵੀ ਆਏ ਨੇ ਮੇਰਾ ਪ੍ਰੋਡਕਟ ਵੇਖਣ, ਔਰ ਉਹਨਾਂ ਨੇ ਇਸ ਗੱਲ ਕਹੀ ਹੈ ਵੀ ਬਿਲਕੁਲ ਆਸਿਫ ਸਾਹਿਬ, ਇਹਦੀ ਡਿਊਰੇਬਿਲਿਟੀ, ਟਰੈਕਟਰ ਦੀ ਕੁਆਲਿਟੀ, ਮਟੀਰੀਅਲ 'ਚ ਕਿਸੇ ਕਿਸਮ ਦਾ ਡਾਊਟ ਨਹੀਂ ਹੈ। ਬਿਲਕੁਲ, ਬਾਕੀ ਦੇਖੋ ਟਾਇਰ ਸਾਈਜ਼, ਟਰਾਂਸਮਿਸ਼ਨ, ਉਹ ਚੀਜ਼ਾਂ ਇੰਪਰੂਵਮੈਂਟਸ, ਦੇਖੋ ਲੋੜ ਹੁੰਦੀ ਹੈ, ਇੰਪਰੂਵਮੈਂਟਸ ਦੀ ਲੋੜ ਤੁਹਾਨੂੰ ਹਰ ਸਟੇਜ 'ਤੇ ਹੁੰਦੀ ਹੈ। ਫਿਰ ਕੁਛ ਲੋਕਾਂ ਨੇ, ਦੇਖੋ ਕੁਛ ਲੋਕਾਂ ਨੇ ਬੜਾ ਪਸੰਦ ਕੀਤਾ ਇਸ ਟਾਇਰ ਸਾਈਜ਼ ਨੂੰ, ਜਿਹੜੇ ਆਲੂਆਂ ਦੀਆਂ ਖੇਲੀਆਂ ਪਾਉਂਦੇ ਸਨ ਨਾ, ਉਹਨਾਂ ਜੀਆਂ ਨੇ ਤਾਂ ਹੋਰ ਮੈਨੂੰ ਕਿਹਾ ਵੀ ਯਾਰ ਚੁੜਾਈ ਨੂੰ ਕਿਸੇ ਤਰ੍ਹਾਂ ਹੋਰ ਘੱਟ ਕਰ ਦਿਓ। ਤੁਹਾਨੂੰ ਪਤਾ ਲੋਕ ਸਟੱਪਣੀਆਂ ਯੂਜ਼ ਕਰਦੇ ਨੇ, ਬਰੀਕ ਟਾਇਰ, ਲੇਕਿਨ ਕਹਿੰਦੇ ਹਾਈਟ ਵਿੱਚ ਵੀ ਹੋਣ। ਹਾਂ ਹਾਂ ਹਾਂ, ਇਹ ਗੱਲ ਹੈ। ਅਸੀਂ ਜਿਨ੍ਹਾਂ ਨੇ ਜ਼ਿਆਦਾਤਰ
ਵੱਡੇ ਟਾਇਰਾਂ ਦੇ ਸ਼ੌਕੀਨ ਪਾਕਿਸਤਾਨ ਦੇ ਵਿੱਚ ਲੋਕ ਜ਼ਿਆਦਾ ਨੇ, ਜਿਹੜੇ ਟਰੈਕਟਰ ਨੂੰ ਵੱਡੇ ਵੱਡੇ ਅੱਡੇ ਅੱਡੇ ਟਾਇਰ ਥੱਬੇ ਥੱਬੇ ਜਿਹੜੇ ਚੜੇ ਹੁੰਦੇ ਨੇ ਨਾ, ਉਹ ਬੜੇ ਖੁਸ਼ ਹੁੰਦੇ ਨੇ ਉਹਨਾਂ ਨੂੰ ਵੇਖ ਕੇ। ਬਾਕੀ ਇੱਕ ਹੋਰ ਗੱਲ ਹੈ ਜੀ ਕਿ ਪਾਕਿਸਤਾਨ ਦੇ ਵਿੱਚ ਨਾ ਲੋਕ ਖਰੀਦਣ ਤੋਂ ਪਹਿਲੇ ਵੇਚਣ ਦਾ ਸੋਚਦੇ ਨੇ। ਇਹ ਵੀ ਗੱਲ ਠੀਕ ਵੀ ਇਹ ਟਰੈਕਟਰ ਜਨਾਬ ਲਵਾਂਗੇ ਮੁੜ ਵਿਕੇਗਾ, ਇਹਦੀ ਮਾਰਕੀਟ, ਇਹਦੇ ਪਾਰਟਸ ਕਿੱਥੋਂ ਮਿਲਣਗੇ, ਮਿਲਣਗੇ ਕਿ ਨਹੀਂ ਮਿਲਣਗੇ, ਇਹਦੇ ਪਾਰਟਸ ਹਵਾਲੇ ਨਾਲ ਰੀਸੇਲ ਵੈਲਿਊ ਇਹਦੇ ਤੇ ਕੋਈ ਗੱਲਬਾਤ ਕਰਨਾ? ਦੇਖੋ ਕਿ ਜੀ ਸਾਹਿਬ, ਪਾਕਿਸਤਾਨ ਦੇ ਵਿੱਚ ਜਿਹੜੀ ਟਰੈਕਟਰ ਦੀ ਮਾਰਕੀਟ ਹੈ ਨਾ, ਉਹ ਪਾਕਿਸਤਾਨ 'ਚ ਸਾਲਾਨਾ ਕੋਈ ਕਮੋ ਬੇਸ਼ 50,000 ਟਰੈਕਟਰ ਵਿਕਦਾ ਜੀ। ਠੀਕ ਹੈ, ਉਹ 'ਚ ਹਰ ਕੰਪਨੀ ਸ਼ਾਮਿਲ ਹੈ, ਨੰਬਰ 1 ਬ੍ਰਾਂਡ ਵੀ ਤੁਹਾਨੂੰ ਪਤਾ ਹੈ ਫਿਰ ਆਹਿਸਤਾ ਜਿਹੜੀ ਸੇਲ ਜ਼ਿਆਦਾ। ਦੇਖੋ, ਅਸੀਂ ਅਗਰ ਸੇਲ ਦੇ ਵਿੱਚੋਂ ਕੋਈ ਆਪਣਾ ਹਿੱਸਾ ਲੈਣਾ ਜਾਂ ਅਸੀਂ ਮਾਰਕੀਟ ਬਣਾਉਣੀ ਹੈ, ਇਹ ਦੋ ਚੀਜ਼ਾਂ ਤਾਂ ਬਹੁਤ ਜ਼ਰੂਰੀ ਨੇ। ਦੋ ਚੀਜ਼ਾਂ ਕਿਸੇ ਵੀ ਬਿਜ਼ਨਸ ਦੇ ਵਿੱਚ ਮੈਂ ਸਮਝਦਾ, ਉਹ ਮਸ਼ੀਨਰੀ ਹੈ, ਉਹ ਸੀਡ ਹੈ, ਮਤਲਬ ਕੋਈ ਵੀ, ਉਹਦੇ 'ਚ ਦੋ ਚੀਜ਼ਾਂ, ਕੁਆਲਿਟੀ ਔਰ ਸਰਵਿਸ। ਇੱਕ ਤਾਂ ਅੱਛਾ ਪ੍ਰੋਡਕਟ ਦਿਓ, ਔਰ ਉਸ ਤੋਂ ਬਾਅਦ ਅਗਰ ਕੋਈ ਪ੍ਰੋਬਲਮ ਆਉਂਦਾ, ਕਿਉਂਕਿ ਮਸ਼ੀਨ ਨੇ ਚੱਲਣਾ, ਮਸਲਾ ਆਉਣਾ ਪ੍ਰੋਬਲਮ ਤਾਂ ਆਉਂਦੇ ਨੇ, ਕੋਈ ਸੀਲ ਲੀਕ ਹੈ, ਕੋਇਲ ਚੇਂਜ ਦੀ ਲੋੜ ਹੈ, ਕੋਈ ਫਿਲਟਰ ਬਦਲਣਾ, ਕੋਈ ਬੈਰਿੰਗ ਹੈ, ਕੋਈ ਚੀਜ਼ਾਂ, ਉਹਦੀ ਟ੍ਰੇਨਿੰਗ ਔਰ ਸਾਰੀ ਜਿਹੜੀ ਆਫਟਰ ਸੇਲ ਸਰਵਿਸ ਹੈ ਉਹ ਅਸੀਂ ਨਹੀਂ ਕਰਾਂਗੇ ਤਾਂ ਸਾਨੂੰ ਪਤਾ ਨਹੀਂ ਸਾਡਾ ਕਿੰਨਾ ਲਾਸ ਹੈ ਜੀ। ਅਸੀਂ ਇੰਨੀ ਹੈਵੀ ਇਨਵੈਸਟਮੈਂਟ ਕਰਕੇ, ਟੀਮ ਹਾਇਰ ਕਰਕੇ, ਇਨਵੈਂਟਰੀ ਰੱਖ ਕੇ, ਅਸੀਂ ਅਗਰ ਇਸ ਚੀਜ਼ ਨੂੰ ਨੋਟਿਸ ਨਹੀਂ ਕਰਾਂਗੇ ਜਾਂ ਕੰਸੀਡਰ ਨਹੀਂ ਕਰਾਂਗੇ, ਤਵੱਜੋ ਨਹੀਂ ਦੇਵਾਂਗੇ, ਤਾਂ ਫਿਰ ਤੁਸੀਂ ਦੱਸੋ ਕਿ ਸਾਨੂੰ ਇੰਨੀ ਇਨਵੈਸਟਮੈਂਟ ਦਾ ਮਕਸਦ, ਔਰ ਫਿਰ ਆਪਣੀ ਰਿਪਿਊਟ ਖਰਾਬ ਕਰਨ ਦੀ ਬਜਾਏ, ਆਪਣੀ ਰਿਪਿਊਟ ਨੂੰ ਅੱਛਾ ਕਰਨ ਦੀ ਬਜਾਏ ਮਜ਼ੀਦ ਅਸੀਂ ਕਿਉਂ ਇਸ ਤਰ੍ਹਾਂ। ਔਰ ਅਸੀਂ ਇਸ ਲਈ ਮੈਂ ਬਾਰਹਾ ਇਹ ਗੱਲ ਕੋਟ ਕਰਦਾ ਕਿ ਸਾਡਾ ਇਨਸ਼ਾਅੱਲਾ ਪਲਾਨ ਇਹ ਆ ਕਿ ਅਸੀਂ ਹੁਣ ਮੋਬਾਈਲ ਸਰਵਿਸ ਜਿਹੜੀ ਹੈ ਸਾਡਾ, ਅਲਹਮਦੁਲਿਲਾ ਜਿਹੜੇ ਸਾਡੇ ਕੋਲ 25-30 ਯੂਨਿਟ ਪਹਿਲੀ ਸ਼ਿਪਮੈਂਟ ਦੇ ਮਾਰਕੀਟ 'ਚ ਮੌਜੂਦ ਸਨ, ਅਲਹਮਦੁਲਿਲਾ ਬੁਕਿੰਗ ਦੀ ਮੱਚੇ ਵੀ ਲੋਕ 25-30 ਦੇ ਬੁੱਕ ਵੀ ਨੇ, ਉਹਨਾਂ ਨੂੰ ਅਸੀਂ ਜਗ੍ਹਾ ਜਗ੍ਹਾ 'ਤੇ ਸਾਡਾ ਬੰਦਾ ਉਹਨਾਂ ਦੀ ਇੱਕ ਫੋਨ ਕਾਲ 'ਤੇ ਪਹੁੰਚਦਾ। ਸਾਨੂੰ ਇਸ ਗੱਲ ਦਾ ਜ਼ਿਆਦਾ ਅਹਿਸਾਸ ਹੈ, ਅਸੀਂ ਇਹਨੂੰ ਸਕਸੈਸਫੁਲ ਕਰਨਾ ਹੈ ਅਤੇ ਅਸੀਂ ਆਊਟ ਆਫ ਦਾ ਵੇ ਜਾ ਕੇ ਕਿਸਾਨ ਨੂੰ ਉਹਦੀ ਫੀਲਡ 'ਤੇ, ਉਹਦੇ ਡੋਰ ਸਟੈਪ 'ਤੇ ਜਾ ਕੇ ਸਰਵਿਸ ਦੇਣੀ ਹੈ, ਤਾਂ ਦੈਨ ਹੀ ਪੋਸੀਬਲ ਹੈ। ਅਲਹਮਦੁਲਿਲਾ ਅਸੀਂ ਉਹਦੇ ਬਾਰੇ ਬੜੇ ਜਨਾਬ ਐਕਟਿਵ ਹਾਂ, ਔਰ ਇਨਸ਼ਾਅੱਲਾ ਪੂਰੇ ਪਲਾਨ ਦੇ ਨਾਲ ਕਰ ਰਹੇ ਹਾਂ। ਆਫਟਰ ਸੇਲ 'ਚ ਇਨਸ਼ਾਅੱਲਾ ਕਿਸੇ ਕਿਸਮ ਦਾ ਪ੍ਰੋਬਲਮ ਨਹੀਂ ਹੈ। ਸਪੇਅਰ ਪਾਰਟਸ ਦੀ ਅਵੇਲੇਬਿਲਿਟੀ, ਤੁਸੀਂ ਮੇਰਾ ਉੱਥੇ ਯਾਰਡ ਵੀ ਵਿਜ਼ਿਟ ਕੀਤਾ, ਤੁਸੀਂ ਦੇਖਿਆ ਕਿ ਬਲਕ ਦੇ ਵਿੱਚ ਸਾਡੇ ਹਾਰਵੈਸਟਰ ਦੇ ਪਾਰਟਸ, ਸਾਡੇ ਟਰੈਕਟਰ ਦੇ ਪਾਰਟਸ, ਜਿਹੜੇ ਫਾਸਟ ਮੂਵਿੰਗ ਪਾਰਟਸ ਨੇ ਅਸੀਂ ਬਲਕ 'ਚ, ਔਰ ਈਵਨ ਕਿ ਦੂਸਰੇ, ਕਿਉਂਕਿ ਅਸੀਂ 2 ਸਾਲ ਦੀ ਜਿਹੜੀ ਗਰੰਟੀ ਆਉਂਦੇ ਹਾਂ ਉਹਦੇ ਵਿੱਚ ਅਸੀਂ ਜੇ ਪਾਰਟਸ ਨਹੀਂ ਦੇਣੇ ਤਾਂ ਮਤਲਬ ਕਿੰਨੇ ਬ੍ਰਾਂਡ ਆਏ ਨੇ ਤੁਸੀਂ ਦੇਖਿਆ ਨੇ ਕਿੱਥੇ ਗਏ ਨੇ ਹਰ ਟਰੈਕਟਰ ਦੀ, ਤੁਸੀਂ 2 ਸਾਲ ਦੇ ਦਿਓ। ਹਾਂ, ਹਰ ਟਰੈਕਟਰ ਬੜੇ ਮਾਡਲ ਦੀ। ਅੱਛਾ, ਅਤੇ ਅਸ ਬਾਈ ਲਾਸਟ ਨਾ ਸਾਨੂੰ ਟਰੈਕਟਰਾਂ ਦੀ ਪ੍ਰਾਈਜ਼ ਅਪਡੇਟ ਕਰਦੇ ਜਾਓ ਕਿ 55 HP ਹੈ ਜਿਹੜਾ, 50 HP ਹੈ ਕਿੰਨੇ ਦਾ, ਔਰ ਇਸ ਤੋਂ ਉੱਤੇ। ਅੱਛਾ, ਇਹ ਜਿਹੜਾ ਸਾਡਾ 50 HP ਖੜਾ ਹੈ ਆਪਣਾ 2-wheel ਡਰਾਈਵ, ਇਹਦੀ ਕੀਮਤ 93,95,000। 93,95,000, ਔਰ ਮੈਂ ਇਸ ਲਈ ਆਉਂਦਾ ਹੁੰਦਾ ਹਰ ਵੀਡੀਓ 'ਚ ਕਿ ਕੀਮਤ ਸਾਡੇ ਲੋਕਲ ਨਾਲੋਂ ਕੰਮ ਹੈ। ਹਾਂਜੀ, ਉਹਦੀ ਵਜ੍ਹਾ ਇਹ ਆ ਕਿ ਅਸੀਂ ਇਹਦੇ ਵਿੱਚ ਬੰਪਰ ਦੀ ਜਗ੍ਹਾ ਜਿਹੜਾ ਫਰੰਟ ਵੇਟ ਹੈ, ਪਿੱਛੇ ਟਾਇਰਾਂ 'ਚ ਤੁਸੀਂ ਵੇਟ ਦੇਖਿਆ, ਰੀਮਾਂ 'ਤੇ, ਟਰੈਕਟਰ ਦੀ ਛੱਤ 'ਤੇ, ਪਿੱਛੇ ਹੋਕੇ, ਠੀਕ ਹੈ, ਇਹ ਚੀਜ਼ਾਂ ਇਸੇ ਪ੍ਰਾਈਸ ਦੇ ਵਿੱਚ ਸ਼ਾਮਿਲ ਨੇ। ਅੱਛਾ, ਇਹ ਹੀ ਟਰੈਕਟਰ ਅਗਰ 4-wheel ਹੁੰਦਾ ਤਾਂ ਫਿਰ ਕਿੰਨੇ ਦਾ? ਫਿਰ ਇਹ 4-wheel ਜਿਹੜਾ ਉਹ 30 ਲੱਖ ਦਾ। 30 ਲੱਖ ਰੁਪਏ? 30 ਲੱਖ। ਔਰ 75 HP? 75 HP ਸਾਡੇ ਕੋਲ ਇੱਥੇ 4x4 ਖੜਾ ਜੀ, ਅਤੇ ਇਹਦੀ ਕੀਮਤ 47 ਲੱਖ ਹੈ। ਬਟ ਜਿਹੜਾ 4x2 ਹੈ ਜਾਂ 2-wheel ਡਰਾਈਵ ਸਾਡਾ 375 ਹੈ, ਉਹਦੀ ਕੀਮਤ 35,75,000 ਹੈ। 35,75,000 ਅੱਜ ਕੱਲ੍ਹ ਅਸੀਂ, ਅੱਜ ਕੱਲ੍ਹ ਮੈਂ ਇੱਕ ਗੱਲ ਕੋਟ ਕਰਦੇ ਹਾਂ ਕਿ ਅੱਜ ਕੱਲ੍ਹ ਅਸੀਂ ਇੱਥੇ ਜਿਹੜੇ ਸਾਡੇ ਫੀਲਡ ਡੇਜ਼ ਚੱਲ ਰਹੇ ਨੇ, ਇਹਦੇ ਉੱਤੇ ਅਸੀਂ ਚਾਹ ਰਹੇ ਹਾਂ ਕਿ ਸਾਡਾ ਫਾਰਮਰ ਸਾਡੇ ਨਾਲ ਬੁੱਕ ਹੋਏ ਔਰ ਆਏ ਟਰੈਕਟਰ ਨੂੰ। ਐਸਾ ਨਹੀਂ ਹੈ ਕਿ ਬਲਾਈਂਡ ਬੁਕਿੰਗ ਕਰੇ, ਟਰੈਕਟਰ ਨੂੰ ਫਿਜ਼ੀਕਲੀ ਦੇਖੇ, ਅਗਰ ਉਹਨੂੰ ਓਪਰੇਸ਼ਨ ਕਰਨ ਦੀ ਲੋੜ ਹੈ ਚਲਾ ਕੇ ਦੇਖੇ, ਫਿਰ ਡਿਸਾਈਡ ਕਰਕੇ ਅਸੀਂ ਇਹਦੇ ਫੀਲਡ ਡੇ ਦੀ ਜਿਹੜੀ ਸਾਡੀ ਬੁਕਿੰਗ ਹੈ ਉਹਦੇ ਵਿੱਚ ਅਸੀਂ ਡਿਸਕਾਊਂਟਡ ਪ੍ਰਾਈਸ ਔਫਰ ਕਰ ਰਹੇ ਹਾਂ। ਜ਼ਬਰਦਸਤ, ਇਹਨਾਂ ਪ੍ਰਾਈਸਿਸ ਦੇ ਵਿੱਚ ਅਸੀਂ ਡਿਸਕਾਊਂਟ ਆਫਰ ਦੇ ਰਹੇ ਹਾਂ ਤਾਂ ਕਿ ਕਿਸਾਨ ਇਸ ਗੈਦਰਿੰਗ ਤੋਂ ਔਰ ਇਸ ਬੁਕਿੰਗ ਤੋਂ ਫਾਇਦਾ ਲੈਣ। ਜ਼ਬਰਦਸਤ, ਅਗਰ 110 HP ਦੀ ਗੱਲ ਕਰੀਏ ਤੇ ਇਹ ਟਰੈਕਟਰ 4-wheel ਵਿੱਚ ਆਉਂਦਾ ਜਾਂ 2-wheel ਵਿੱਚ ਵੀ ਆਉਂਦਾ? ਅੱਛਾ, 110 ਅਸੀਂ ਵੱਡੇ ਟਰੈਕਟਰਾਂ 'ਚ ਖਿੱਚੀ ਸਾਹਿਬ, ਜਿਹੜਾ
ਅਬਵ 100 ਹੈ ਉਹਦੇ 'ਚ ਟੂ ਵੀਲਰ ਦਾ ਕਨਸੈਪਟ ਕਿਤੇ ਵੀ ਨਹੀਂ ਹੈਗਾ। ਅੱਛਾ, ਵੱਡੇ ਟਰੈਕਟਰਾਂ 'ਚ ਤੁਸੀਂ ਸਮਝਦੇ ਹੋਗੇ 4x4 ਦੀ ਵਰਕਿੰਗ ਸਾਰੀ, ਲੋਕ ਨੇ ਨਾ ਸਮਝਦੇ ਇਸ ਤਰ੍ਹਾਂ ਮੈਂ ਹਾਂ ਹਾਂ ਲੋਕਾਂ ਨੂੰ ਦੱਸਦਾ ਚਾਹੁੰਦਾ। ਹਾਂ ਨਹੀਂ ਇਹ ਸਾਡਾ ਜਿਹੜਾ 110 ਸੀ ਉਹ ਸਿਰਫ 4x4 ਹੀ ਹੈ, ਔਰ 110 ਸਾਡੇ 4x4 ਦੀ ਪ੍ਰਾਈਸ 80 ਲੱਖ ਅਸੀਂ ਰੱਖੀ ਹੈ, ਔਰ 80 ਲੱਖ ਦੇ ਵਿੱਚ ਇਹ ਤੁਹਾਡੇ ਚੈਨਲ ਦੇ ਚੈਨਲ ਦੀ ਵਿਸਾਤਤ ਨਾਲ ਮੈਂ ਕਹਾਂਗਾ ਕਿ ਸਾਡਾ 110 ਮਾਰਕੀਟ 'ਚ ਮੌਜੂਦ ਜਿੰਨੇ 110 ਨੇ ਲੋਕਲ ਤਾਂ ਖੈਰ ਕੋਈ ਵੀ ਨਹੀਂ, ਇੰਪੋਰਟਡ ਜਿੰਨੇ ਵੀ ਨੇ ਉਹ ਸਾਰਿਆਂ ਨਾਲੋਂ ਕਿ 1 ਮਿਲੀਅਨ 1.5 ਮਿਲੀਅਨ ਕਿਸੇ ਨਾਲੋਂ 1 ਮਿਲੀਅਨ ਕਿਸੇ ਨਾਲੋਂ 1.5 ਮਿਲੀਅਨ ਕਿਸੇ ਨਾਲੋਂ 2 ਮਿਲੀਅਨ ਸਸਤਾ ਹੈ ਜ਼ਬਰਦਸਤ। ਔਰ ਉਹਦੀਆਂ ਜਿਹੜੀਆਂ ਮੈਂ ਅਨਾਲਿਸਿਸ ਕੀਤਾ ਮੈਂ ਤੁਹਾਨੂੰ ਸ਼ੇਅਰ ਕਰ ਦਿਆਂਗਾ ਕਿ ਇਹਦੇ ਜਿਹੜਾ ਇੰਟਰਨਲ ਸਾਰੇ ਫੀਚਰਸ ਨੇ, ਜਿਹੜੀਆਂ ਸਪੈਸੀਫਿਕੇਸ਼ਨਸ ਨੇ, ਇਹਦਾ ਜਿਹੜਾ ਇਹਦੇ PTO ਦੇ ਚੱਕਰ ਜ਼ਿਆਦਾ, ਨੰਬਰ ਆਫ ਚੱਕਰ ਜਿਹੜੇ ਮਤਲਬ 3 ਤਰ੍ਹਾਂ ਦੇ ਨੇ, ਫਿਰ ਇਹਦੀ ਟਰਾਂਸਮਿਸ਼ਨ ਜਿਹੜੀ ਮੈਂ ਸ਼ਟਲ ਗੇਅਰ ਸਿਸਟਮ ਕਿਹਾ, ਔਰ ਇੰਟਰਨਲ ਸਟਰਕਚਰ ਸਾਰਾ, ਟਰੈਕਟਰ ਦਾ ਵਜ਼ਨ ਹੋ ਗਿਆ, ਸਟੋਕ ਲੈਂਥ ਹੋ ਗਈ, ਠੀਕ ਹੈ, ਉਹ ਇੰਟਰਨਲ ਸਾਰਾ ਸਟਰਕਚਰ ਵੀ ਇਹਦਾ ਉਹਨਾਂ ਨਾਲੋਂ ਬਿਹਤਰ ਹੈ ਜ਼ਬਰਦਸਤ, ਉਹਦੇ ਕੰਪੈਰੀਜ਼ਨ ਬਣਾਏ ਨੇ। ਬਟ ਅਸੀਂ ਕਿਸੇ ਵੀ ਬ੍ਰਾਂਡ ਨੂੰ, ਫਿਰ ਮੈਂ ਕਹਾਂਗਾ ਕਿ ਅਸੀਂ ਬਿਲਕੁਲ ਉਹ ਨਹੀਂ ਚਾਹੁੰਦੇ ਕਿ ਕਿਸੇ ਨੂੰ ਨੈਗਲੈਕਟ ਕੀਤਾ ਜਾਏ ਜਾਂ ਕਿਸੇ ਨੂੰ ਮਤਲਬ ਡਿਸਾਈਡ ਕੀਤਾ ਜਾਏ ਕਿਸੇ ਬ੍ਰਾਂਡ ਤੇ। ਤੁਸੀਂ ਅਟੈਕ ਨਹੀਂ ਕਰ ਰਹੇ? ਨਹੀਂ 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 ਬਿਲਕੁਲ, ਮੈਂ ਬੀਂਗਾ, ਤੁਸੀਂ ਸਿਰਫ ਆਪਣੇ ਪ੍ਰੋਡਕਟ ਤੇ ਗੱਲ ਕਰ ਰਹੇ ਹੋ, ਆਪਣੇ ਪ੍ਰੋਡਕਟ ਦੇ ਬਾਰੇ ਦੱਸ ਰਹੇ। ਦੇਖੋ ਮੇਰਾ ਇਹ ਪ੍ਰੋਡਕਟ, ਅਗਰ ਦੇਖੋ ਮੇਰੀ ਤੇ, ਮੈਂ ਫਿਰ ਬਿਲਫਰਜ਼ ਗਾਰਡ ਦੀ ਟੀਮ ਦਾ ਹਿੱਸਾ ਜੀ, ਮੈਂ ਇਸ ਤੋਂ ਬਾਅਦ ਵੀ ਗੱਲ ਕਰਾਂ ਕਿ ਮੈਂ ਫਿਰ ਵੀ ਮੇਰਾ ਹੱਕ ਬਣਦਾ ਕਿ ਮੈਂ ਬੀਂਗਾ ਐਗਰੀਕਲਚਰਲ ਇੰਜੀਨੀਅਰ, ਮੈਂ ਉਹ ਗੱਲ ਕਰਾਂਗਾ ਜਿਹੜੀ ਔਨ ਮੈਰਿਟ ਹੈ ਜੀ, ਠੀਕ ਹੈ ਨਾ ਜੀ। ਟਰੈਕਟਰ ਦਾ ਮਟੀਰੀਅਲ, ਕੋਈ ਵੀ ਟਰੈਕਟਰ ਖੜਾ ਹੋਏਗਾ ਅਗਰ ਗਾਰਡ ਤੋਂ ਕੋਈ ਬਿਹਤਰ ਟਰੈਕਟਰ ਨਾਲ ਖੜਾ ਹੋਏ, ਔਰ ਮੈਂ ਕਸਮ ਖਾ ਕੇ ਗੱਲ ਆਉਣਾ ਕਿ ਮੈਂ ਉਹਨੂੰ ਹੀ ਬਿਹਤਰ ਕਹਾਂਗਾ ਜਿਹੜਾ ਬਿਹਤਰ ਹੋਏਗਾ। ਸਹੀ ਗੱਲ, ਮਾਰਕੀਟ 'ਚ ਮੌਜੂਦ ਜਿੰਨੇ ਬ੍ਰਾਂਡ ਨੇ ਇਹ ਟਰੈਕਟਰ ਉਹਨਾਂ ਨਾਲੋਂ ਹਰ ਤਰ੍ਹਾਂ ਬਿਹਤਰ ਨੇ, ਇਹਨਾਂ ਦੀ ਕੁਆਲਿਟੀ, ਇਹਨਾਂ ਦੀ ਡਿਊਰੇਬਿਲਿਟੀ, ਫਿਰ ਕਲੇਮ, ਫਿਰ ਸਾਰਾ ਇਹਨਾਂ ਦਾ ਸਟਰਕਚਰ, ਮਟੀਰੀਅਲ, ਮਤਲਬ ਹਰ ਤਰ੍ਹਾਂ ਇਹ ਟਰੈਕਟਰ ਅੱਛੀ। ਔਰ ਇਸ ਤੋਂ ਇਲਾਵਾ ਵੀ ਜਿਹੜੇ ਲੋਕ ਕਰ ਰਹੇ ਨੇ ਜਾਂ ਸਾਡੇ ਲੋਕਲ ਬ੍ਰਾਂਡਸ ਨੇ, ਉਹਨਾਂ ਨੂੰ ਚਾਹੀਦਾ ਇੰਪਰੂਵਮੈਂਟਸ ਕਰਨ, ਤੁਹਾਨੂੰ ਪਤਾ ਹੈ ਲੋੜ ਹੈ ਇੰਪਰੂਵਮੈਂਟ ਸੀ, ਉੱਥੇ ਹੋਣੀ ਚਾਹੀਦੀ ਹੈ ਤਾਂ ਕਿ ਕਿਸਾਨ ਨੂੰ ਅੱਛੀ, ਕਿਸਾਨ ਦੇ ਪਹਿਲਾਂ ਹੀ ਪਿੱਟਿਆ ਪਿਆ ਹੈ ਵਿਚਾਰਾ, ਕੀ ਕਹਿੰਦੇ ਨੇ ਪ੍ਰੋਗਰਾਮ ਵੜਿਆ ਪਿਆ, ਮਤਲਬ ਇਹ ਪਹਿਲਾਂ ਪਿੱਟ ਗਿਆ ਕਣਕ ਤੋਂ, ਫਿਰ ਦਾਈ ਲੈ ਗਏ, ਮਤਲਬ ਚੀਜ਼ਾਂ, ਹੁਣ ਅੱਲਾ ਕਰਮ ਕਰੇ ਕਿ ਵੈਦਰ ਇਸ ਤਰ੍ਹਾਂ ਦਾ ਹੈ, ਬਿਜਾਈ ਆਲੂਆਂ ਦੀ ਲੇਟ ਹੈ, ਮਤਲਬ ਮੁਖਤਲਿਫ ਇਸ਼ੂਜ਼ 'ਚ ਕਿਸਾਨ ਫਸਿਆ, ਫਿਰ ਵੀ ਉਹਨੂੰ ਤੁਸੀਂ ਅਗਰ ਇੱਧਰੋਂ ਉਹਦੀ ਛੋਈ ਲਾਣੀ ਹੈ, ਖਲ ਪਟਣੀ ਹੈ, ਤਾਂ ਫਿਰ ਤੁਹਾਨੂੰ ਵੀ ਖੁਦਾ ਤਰਸੀ ਕਰਨੀ ਚਾਹੀਦੀ। ਅੱਜ ਬਾਈ ਆਪਣੇ ਨਾਲ ਕਾਟਰ ਦੇ ਬਾਰੇ ਜਾਣਨ ਵਾਲੇ ਬਸ਼ੀਰ ਬਾਈ ਨੇ ਦੋ ਗੱਲਾਂ ਇਹਨਾਂ ਤੋਂ ਵੀ ਜਾਣ ਲਈਏ। ਹਾਂ ਵੀ ਜਿਵੇਂ ਕਿ ਤੁਸੀਂ ਇੱਥੇ ਸਾਡੇ ਏਰੀਆ 'ਚ ਆਏ ਹੋ, ਤੁਸੀਂ ਦੇਖ ਆਉਣਾ ਜ਼ਿਆਦਾਤਰ ਇੱਥੇ ਕਬੂਟਾ ਮਸ਼ੀਨਾਂ ਚੱਲ ਰਹੀਆਂ ਨੇ, ਅਤੇ ਇੱਥੇ ਕਾਫੀ ਯਾਨੀ ਕਿ ਹਰ ਤਰ੍ਹਾਂ ਦੀ ਫਾਰਮਿੰਗ ਹੁੰਦੀ ਹੈ, ਅਤੇ ਤੁਹਾਡੀ ਜਿਹੜੀ ਇਹ ਮਸ਼ੀਨ ਹੈ, ਇਹਦਾ ਕੀ ਫਾਇਦਾ ਹੈ? ਇਹਦਾ ਬਹੁਤ ਜ਼ਿਆਦਾ ਫਾਇਦਾ ਜੀ, ਇਹਦਾ ਜਿਹੜਾ ਮਤਲਬ ਹੈ, ਮੇਰੀ ਗੱਲ ਕਰਨ ਦਾ ਮਕਸਦ ਹੈ, ਤੁਹਾਡੀ ਮਸ਼ੀਨ ਨੂੰ ਲੋਕ ਐਡੀ ਮਹਿੰਗੀ ਨੂੰ ਕਿਉਂ ਖਰੀਦਦੇ? ਅੱਛਾ, ਮੈਂ ਗੱਲ ਮਿਸਟੇਕ ਹੋ ਜਾਏਗੀ, ਇਹ ਗੱਲ ਇੱਥੇ ਹੀ ਜ਼ਰਾ ਇਹਨੂੰ ਟੈਕਲ ਕਰਨਾ, ਇਸ ਲਈ ਜ਼ਰੂਰੀ ਹੈ ਜਿਹੜਾ ਤੁਸੀਂ ਲਫ਼ਜ਼ ਕੋਟ ਕੀਤਾ ਨਾ ਕਿ ਇੰਨੀ ਮਹਿੰਗੀ। ਮੈਂ ਕਿਹਾ ਅਸੀਂ ਮਾਰਕੀਟ 'ਚ ਮੌਜੂਦ ਸਾਰੀਆਂ ਮਸ਼ੀਨਾਂ ਨਾਲੋਂ ਸਸਤੇ ਹਾਂ, ਮਾਰਕੀਟ 'ਚ ਮੌਜੂਦ ਸਾਰੇ ਟਰੈਕਟਰਾਂ ਦੀਆਂ ਪ੍ਰਾਈਸਿਸ ਨਾਲੋਂ ਸਸਤੇ ਹਾਂ। ਸਹੀ, ਮਸ਼ੀਨ ਕਿੰਨੇ ਦੀ ਹੈ ਜੀ? ਇਹ ਮਸ਼ੀਨ ਦੀ ਕੀਮਤ 95 ਲੱਖ ਹੈ। ਇਹ ਕਿੰਨੇ HP ਹੈ? 125 HP। ਅੱਛਾ, 125 HP ਇਹ ਕੁਪੀ ਹੈ ਜੀ। ਅਸੀਂ ਇੱਕ ਛੋਟਾ ਵੀ ਯੂਨਿਟ, ਉਹਦਾ ਵਿੱਚ ਕੈਬਨ ਨਹੀਂ ਹੈ, ਸੀ ਕੈਬਨ, ਉਹ ਕਨੋਪੀ ਛੱਤ ਵਾਲੀ ਹੈ, ਉਹ ਮਸ਼ੀਨ 110 HP ਦੇ ਵਿੱਚ ਹੈ। ਔਰ ਇਹਦਾ ਕਟਰ ਜ਼ਰਾ ਮੈਂ ਦੱਸ ਦਿਆਂ, ਕੋਈ 8.5 ਫੁੱਟ 9 ਫੁੱਟ ਹੈ, ਇਹਦਾ ਗ੍ਰੇਨ ਟੈਂਕ ਕੋਈ 25 ਮਣ ਹੈ, ਫਿਰ ਇਹਦਾ ਕਰਾਲਰ ਇੰਜਨ ਮੈਂ ਤੁਹਾਨੂੰ ਦੱਸਦਾ 125 HP ਹਾਈਡਰੋ ਇੰਜਨ ਹੈ, ਜਿਹੜੀ ਲੇਟੈਸਟ ਟੈਕਨੋਲੋਜੀ, ਲੇਟੈਸਟ ਟਰਾਂਸਮਿਸ਼ਨ ਹੈ। ਤੁਸੀਂ ਅਗਰ ਮੈਨੂੰ ਇੱਕ ਵੀ ਮਸ਼ੀਨ ਦਾ ਨਾਮ ਦੱਸੋ, ਕਿਉਂਕਿ ਹਾਰਵੈਸਟਰਾਂ ਹੋਰ ਵੀ ਪਾਕਿਸਤਾਨ 'ਚ ਵਿਕ ਰਹੀਆਂ ਨੇ, ਮੈਂ ਕਿਉਂ ਉਹਨਾਂ ਦੀ ਪ੍ਰਮੋਸ਼ਨ ਕਰਦਾ ਫਿਰਾਂ, ਬਰਹਾਲ ਮੈਨੂੰ ਅੰਦਾਜ਼ਾ ਹੈ ਕਿ 5-4 ਕੰਪਨੀਜ਼ ਹੋਰ ਵੀ ਉਹਦੇ 'ਤੇ ਕੰਮ ਕਰ ਰਹੀਆਂ, ਠੀਕ ਹੈ, ਉਹਨਾਂ ਨੂੰ ਸਕਸੀਡ ਹੋਣਾ ਚਾਹੀਦਾ, ਸਕਸੈਸਫੁਲ ਹੋਣਾ ਚਾਹੀਦਾ, ਔਰ ਕਿਸਾਨਾਂ ਨੂੰ ਵੀ ਚਾਹੀਦਾ ਜਿਹੜੀ ਚੀਜ਼ ਮੁਨਾਸਬ ਔਰ ਅੱਛੀ ਮਿਲਦੀ ਲਵੇ। ਬਟ ਸਾਡੀ ਕੀਮਤ ਮਾਰਕੀਟ 'ਚ ਮੌਜੂਦ ਹਰ ਬ੍ਰਾਂਡ ਨਾਲੋਂ ਸਸਤੀ ਹੈ। ਕੀ ਬਾਤ ਹੈ ਜੀ, ਕੰਮ ਅਸੀਂ ਹਰ ਬ੍ਰਾਂਡ ਨਾਲੋਂ ਕੰਮ ਆ, ਜ਼ਬਰਦਸਤ। ਹੁਣ ਇਹਦੇ ਨਾਲ ਦੀ ਮਸ਼ੀਨ ਜਿਹੜੀ ਕੋਈ ਜਪਾਨੀ ਜਾਂ ਕੋਰੀਅਨ ਦੇਖੋਗੇ ਨਾ, ਉਹ ਸ਼ਾਇਦ ਇਹ ਤੋਂ 3 ਗੁਣਾ ਜ਼ਿਆਦਾ ਪ੍ਰਾਈਸ 'ਚ ਹੋਏ ਜੀ, ਔਰ ਸਿਰਫ ਬ੍ਰਾਂਡ ਦੀ ਵਜ੍ਹਾ ਤੋਂ, ਨਾਮ ਦੀ ਵਜ੍ਹਾ ਤੋਂ।
ਤਾਂ ਹੁਣ ਦੱਸਿਆ ਕਿ ਜਿਹੜੀ ਚਾਈਨੀਜ਼ ਟੈਕਨੋਲੋਜੀ ਉਹ ਮੁਨਾਸਬ ਔਰ ਅੱਛੀ ਹੈ, ਸਾਡੀ ਇਹ ਪ੍ਰਾਈਸ ਬੜੀ ਬੜੀ ਮੁਨਾਸਬ ਹੈ। ਹਾਂ ਬਿਲਕੁਲ ਜੀ। ਔਰ ਇਹ ਮਸ਼ੀਨ ਯੂਜ਼ ਕਰਨਾ ਕਿਉਂ ਜ਼ਰੂਰੀ ਹੈ ਜਾਂ ਕਿਸਾਨ ਨੂੰ ਕਿਉਂ ਖਰੀਦਣੀ ਚਾਹੀਦੀ ਹੈ? ਅਗਰ 95 ਲੱਖ ਹੈ ਤਾਂ 95 ਲੱਖ ਵੀ ਮਤਲਬ 95 ਰੁਪਈਏ ਤਾਂ ਨਹੀਂ ਨਾ ਹੈਗੇ, 9.5 ਮਿਲੀਅਨ ਵੀ ਤਾਂ ਪ੍ਰਾਈਸ ਹੈ ਨਾ, ਕਾਸਟ ਹੈ। ਉਹ ਕਿਉਂ ਖਰੀਦੇ, ਫਾਰਮਰ ਕਿਉਂ ਇੰਨੇ ਪੈਸੇ ਭਰੇ ਔਰ ਸਾਡੀ ਇਹਨੂੰ ਕਿਉਂ ਚਲਾਏ ਬਾਕੀਆਂ ਦੀ ਨਿਸਬਤ, ਉਹ ਤੁਹਾਨੂੰ ਬਸ਼ੀਰ ਭਾਈ ਦੱਸ ਦੇ ਜੀ। ਇਹਦੇ ਬੈਨੀਫਿਟ ਬਹੁਤ ਜ਼ਿਆਦਾ ਨੇ ਜੀ। ਮਸ਼ੀਨ ਵਰਲਡ ਦੀ ਜਿਹੜੀ ਨਾ ਸਪੈਸ਼ਲ ਹੈ, ਡਿਜ਼ਾਈਨ ਰਾਈਸ ਤੇ ਹੋਈ ਹੈ। ਅੱਛਾ, ਸਪੈਸ਼ਲ ਇੱਕ ਚੀਜ਼ ਰਾਈਸ ਤੇ ਬਣਾਈ ਗਈ। ਮਸ਼ੀਨ ਸਿਰਫ ਰਾਈਸ ਹੀ ਕੱਟਦੀ ਹੈ? ਨਹੀਂ, ਰਾਈਸ ਨਹੀਂ, ਬੀਟ ਵੀ ਕੱਟੇ ਦੀ, ਆਪਣਾ ਬਰਸੀਮ ਵੀ ਕੱਟੇ ਦੀ, ਕਨੋਲਾ ਵੀ ਕੱਟੇ ਦੀ, ਲੇਕਿਨ ਉਹਦੇ ਵਿੱਚ ਕੋਈ ਕਿੱਟ ਨਹੀਂ ਬਦਲਣੀ, ਕੋਈ ਐਸਾ ਪਾਰਟਸ ਨਹੀਂ ਬਦਲਣਾ, ਜੇ ਐਡਜਸਟਮੈਂਟ ਲੱਗੀਆਂ ਨੇ ਉਹਨਾਂ ਨੂੰ ਮੂਵਮੈਂਟ ਕਰਾਂਦੇ ਅਸੀਂ ਕਰੋਪ ਤੇ ਕਰ ਸਕਦੇ ਹਾਂ। ਸਪੈਸ਼ਲ ਮਸ਼ੀਨ ਹੈ, ਡਿਜ਼ਾਈਨ ਹੋਈ ਹੈ ਰਾਈਸ ਤੇ, ਰਾਈਸ ਦਾ ਬਹੁਤ ਬੈਨੀਫਿਟ ਹੈ। ਇਹਦਾ ਥ੍ਰੈਸ਼ਿੰਗ ਸਿਸਟਮ ਜਿਹੜਾ ਨਾ ਉਹ ਸਕਰੂ ਟੈਪ ਹੈ, ਇਹਨੇ ਗਾਂਧਿਆਂ ਗਾਂਧਿਆਂ ਸਰਾਹ ਨੂੰ ਪਿੱਛੇ ਲੈ ਕੇ ਜਾਣਾ, ਪਰਾਲੀ ਦੇ ਨਾਲ ਇਹਦਾ ਇੱਕ ਦਾਣਾ ਵੀ ਨਹੀਂ ਜਾਣਾ। ਜਿਹੜੇ ਅਕਸਰ ਜਿਹੜੀਆਂ ਸਪੈਰੀ ਕੰਬਾਈਨ ਜਾਂ ਡੀਅਰ ਜੇ ਉਹ ਸਾਰਾ ਉਹ ਬੀਟ ਦੇ ਡਿਜ਼ਾਈਨ ਹੋ ਜਾਂਦੇ, ਉਹਨਾਂ ਨੇ ਰਾਈਸ ਦੀ ਕਿੱਟ ਲਹਿਦਾ ਲਾਉਣੀ ਪੈਂਦੀ ਹੈ, ਬੀਟ ਦੀ ਲਹਿਦਾ ਲਾਉਣੀ ਪੈਂਦੀ ਹੈ। ਉਹਦਾ ਅਕਸਰ ਤੁਸੀਂ ਵੇਖਿਆ ਹੋਣਾ, ਕਿਤੇ ਨੋਟ ਵੀ ਕਰਨਾ, ਪਰਾਲੀ ਦੇ ਨਾਲ ਤਿੰਨ ਚਾਰ ਗ੍ਰੀਨ ਲੱਗੇ ਹੁੰਦੇ। ਉਸ ਤੋਂ ਬਾਅਦ ਜਦੋਂ ਮਸ਼ੀਨ ਚੱਲ ਰਹੀ ਹੁੰਦੀ ਫੀਲਡ ਦੇ ਵਿੱਚ, ਅਕਸਰ ਪਿੱਛੇ ਲੋਕ ਬੀਬੀਆਂ 10-12 ਪਿੱਛੇ ਅਕਸਰ ਉਹ ਇਕੱਠੀ ਕਰ ਰਹੀਆਂ ਨੇ, ਦਾਰ ਉਹਨਾਂ ਨੂੰ 2-4 ਮਿੰਟ ਮਿਲਦਾ ਤੇ ਪਿੱਛੇ ਜਾਂਦੀਆਂ ਨੇ। ਇਹਦਾ ਕਬੂਟਾ ਟੈਪ ਸਿਸਟਮ ਹੈ, ਪਿੱਛੇ ਉਹ ਚੀਜ਼ ਵੀ ਨਹੀਂ ਬਚੀ, ਉਹਦੇ ਪਿੱਛੇ ਉਹ ਚੀਜ਼ ਨਹੀਂ। ਗਰੰਟੀ ਨਾਲ ਇਹਦਾ 4-5 ਮਿੰਟ ਦਾ ਯੀਲਡ ਦਾ ਫਰਕ ਪੈਂਦਾ ਗਰੰਟੀ ਨਾਲ। ਇਹ ਕੰਪਨੀ ਤੋਂ ਆੜ ਗਏ, ਇਹਨੂੰ ਵੇਟ ਕਰਕੇ ਤਸੱਲੀ ਨਾਲ ਕਿਤੇ ਫੀਲਡੇ ਕਰਕੇ ਚੈੱਕ ਕਰਨ, ਉਹਦੀ ਵਜ੍ਹਾ ਇਹਦਾ ਸਬਜ਼ ਦਾਣਾ ਵੀ ਅੰਦਰ ਲੈ ਕੇ ਆਉਣਾ, ਦਾਣੇ ਨੂੰ ਤੋੜਨਾ ਨਹੀਂ, ਡੈਮੇਜ ਨਹੀਂ ਕਰਨਾ, ਪਰਾਲੀ ਦਾ ਨਾਲ ਨਹੀਂ ਜਾਣ ਦੇਣਾ। 5-6 ਮਿੰਟ ਦਾ ਫਰਕ ਪੈਣਾ ਜੀ, 2500-3000 ਦੀ ਮਾਨ ਅਗਰ ਪੈੜੀ ਹੈ ਤੇ 5-6 ਮਿੰਟ ਦਾ ਫਰਕ ਪੈਂਦਾ ਤੇ ਕਿੱਥੇ ਗੱਲ ਜਾਂਦੀ ਹੈ। ਪਹਿਲੇ ਨੰਬਰ ਤੇ ਲੋਕ ਸਾਡੀ ਮਸ਼ੀਨ ਇਸ ਵਜ੍ਹਾ ਤੋਂ ਬਹੁਤ ਜ਼ਿਆਦਾ ਲਾਈਕ ਕਰਦੇ ਨੇ, ਦੂਜੇ ਨੰਬਰ ਤੇ ਮੌਸਮਿਆਤ, ਮੌਨਸੂਨ, ਬਾਰਿਸ਼ਾਂ, ਸੇਮਲਾ ਦਾ ਏਰੀਏ, ਉਸ ਜਗ੍ਹਾ ਤੇ ਇੱਕ ਬੂਟਾ ਵੀ ਨਹੀਂ ਚੱਲ ਸਕਦੀ ਅਗਰ ਪਾਣੀ ਸੇਮ ਹੈ ਜਾਂ ਕਰੋਪ ਲੋਜ ਹੋ ਗਈ ਹੈ, ਤੇ ਨਾ ਉੱਥੇ ਬੜੀ ਮਸ਼ੀਨ ਚੱਲ ਸਕਦੀ ਹੈ। ਅਗਰ ਬੜੀ ਮਸ਼ੀਨ ਚਲਾਉਣੀ ਹੈ ਤਾਂ ਉਹਨੂੰ ਕਰੋਲਰ ਚਾਰ ਦਿਨ ਚੰਦ ਲੋਕ, ਲੇਕਿਨ ਜ਼ਮੀਨ ਨਾ ਜਾਸੀ ਕਰਨ ਵਾਲੀ ਗੱਲ ਹੈ, ਮਸ਼ੀਨ ਨਾ ਜਾਸੀ ਕਰਨ ਵਾਲੀ ਗੱਲ ਹੈ, ਉਹ ਮਸ਼ੀਨ ਡਿਜ਼ਾਇਨ ਹੀ ਨਹੀਂ ਸੇਮ ਦੇ ਵਿੱਚ ਹੋਈ। ਇਹ ਸਿੰਧ ਬਲੋਚਿਸਤਾਨ ਵਾਸਤੇ ਸਪੈਸ਼ਲ ਬਣੀਆਂ ਨੇ, ਸਾਡੇ ਇੱਥੇ ਵੀ ਬੜੇ ਏਰੀਏ ਨੇ, ਮਿੰਚਣਾ ਬਾਹਰ ਸੈਡਾਂ ਕੋਈ ਐਸੀਆਂ ਨੇ ਜਿੱਥੇ ਮਹੀਨਾ ਮਹੀਨਾ ਪਾਣੀ ਨਹੀਂ ਸੁੱਕਦਾ। ਜਿਮੀਦਾਰ ਦੇ ਅੰਦਰ 1-1.5 ਲੱਖ ਦੀ ਕਰੋਪ ਹੈ, ਜਿੰਨੀ ਦੇਰ ਤੱਕ ਜ਼ਮੀਨ ਡਰਾਇਰ ਹੋਣ ਦਾ ਵੇਟ ਕਰੇ ਤਾਂ ਉਹਦੀ ਫਸਲ ਜ਼ਾਇਆ ਹੋ ਜਾਏਗੀ। ਵੱਡੀ ਮਸ਼ੀਨ ਦਾ 5,000-6,000 ਰੁਪਇਆ ਕਟਾਈ ਦਾ ਰੇਟ ਚੱਲਦਾ ਪਿਆ, ਇਹਦਾ ਜਿੱਥੇ ਉਹੋ ਜਿਹਾ ਇਲਾਕੇ ਨੇ ਕਟਾਈ ਲੋਕ 20,000-22,000-15,000 ਰੁਪਇਆ ਮਗਰ ਜਾ ਕੇ ਦਿੰਦੇ ਨੇ, ਉਹਨੂੰ 90 ਲੱਖ ਮਹਿਸੂਸ ਨਹੀਂ ਹੋਏਗਾ। ਇਹਦੀ ਵਜ੍ਹਾ ਤੋਂ ਗਰੰਟੀ ਨਾਲ 200 ਕਿੱਲਾ ਕੱਟ ਦਿਓ, 400 ਕਿੱਲਾ ਕੱਟੇ ਦਿੰਦਾ, ਉਹਦੇ ਬਰਾਬਰ ਹੈ ਬਿਜ਼ਨਸ ਕਰੇ, ਉਸ ਤੋਂ ਬਾਅਦ ਕਰੇ ਦੀ। ਜਿਹੜਾ ਅਗਰ ਕੋਈ ਫਾਰਮਰ ਖਰੀਦਿਆ ਉਹਦੇ ਵਾਸਤੇ ਤੇ ਕਿੰਨਾ ਕੁ ਰਕਬਾ ਹੁੰਦਾ ਹੋਣਾ ਚਾਹੀਦਾ, ਕਿੰਨੇ ਕੁ ਰਾਈਸ ਤੇ ਉਹਨੂੰ ਇਹ ਖਰੀਦਣੀ ਚਾਹੀਦੀ ਹੈ? ਅੱਛਾ ਦੇਖੋ ਜੀ, ਵਾਲੇਕੁਮ ਸਲਾਮ। ਕਿਉਂਕਿ 10-12 ਕਿੱਲਿਆਂ ਵਾਲਾ ਤਾਂ ਜਾਂ 15-20 ਕਿੱਲਿਆਂ ਵਾਲਾ ਤੇ ਨਹੀਂ ਸਕਦਾ, 10-12 ਜਿਹੜਾ ਉਹਨੇ 25 ਕਿੱਲੇ ਸਾਰੇ ਲਾ ਦੇਣੇ। ਸੋਰੀ ਗੱਲ ਟੋਕਣ ਲੱਗਾ, ਸਗੋਂ ਹੱਸ ਕੇ ਲੈਂਦੇ ਜੀ, ਉਹਨਾਂ ਆਪਦਾ ਕਰ ਗਏ ਨਾ, ਉਹਨਾਂ ਬਿਜ਼ਨਸ ਕਰਨਾ। ਅੱਛਾ, ਤੇ ਜਿਹੜਾ ਮਰੱਬੇ ਵਾਲਾ ਨਾ 100-200 ਵਾਲਾ, ਉਹ ਆਂਦਾ ਯਾਰ ਕੀ ਮੈਂ ਆਪਰੇਟਰ ਮੈਂ ਉਹ ਯਾਰ ਰੈਂਟ ਦੇ ਮੁਕਾਬਲੇ ਕਰੂੰ। ਅੱਛਾ, ਇਹ ਦੇਖੋ ਖਿੱਚੀ ਸਾਹਿਬ ਸਹੀ ਤੁਸੀਂ ਗੱਲ ਕੀਤੀ, ਪਰ ਦੋ ਚੀਜ਼ਾਂ ਨੇ, ਇੱਕ ਤਾਂ ਉਹ ਕਿਸਾਨ ਹੈ ਕਿ ਜਿਹੜਾ ਆਪਣੀ ਕੋਈ 100-200 ਕਿੱਲਾ 300 ਕਿੱਲਾ ਵਾਈ ਕਰਦਾ, ਉਹਦੀ ਤਾਂ ਵੈਸੇ ਹੀ ਇੰਨੀ ਕਟਾਈ ਬਣਦੀ ਹੈ ਕਿ ਉਹ ਇਨਵੈਸਟ ਕਰ ਲੈਂਦਾ। ਦੂਸਰਾ ਜਿਸ ਤਰ੍ਹਾਂ ਬਸ਼ੀਰ ਨੇ ਗੱਲ ਕੀਤੀ ਕਿ ਜਿਹੜੇ ਲੋਕ ਸਰਵਿਸ ਪ੍ਰੋਵਾਈਡਰ ਨੇ, ਮਤਲਬ ਰੈਂਟਲ ਸਰਵਿਸਿਜ਼ ਦਿੰਦੇ ਨੇ, ਉਹ ਇਹਦੇ 'ਚ ਇਨਵੈਸਟ ਕਰਦੇ ਨੇ, ਔਰ ਉਹਨਾਂ ਵਾਸਤੇ ਬਹੁਤ ਅੱਛੀ ਇਨਵੈਸਟਮੈਂਟ ਹੈ। ਔਰ ਜਿਹੜੀ ਅਸੀਂ ਇਹਦੀ ਫਿਜ਼ੀਬਿਲਟੀ ਬਣਾਈ ਹੈ, ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ, ਚਾਹੇ ਤੁਸੀਂ ਉਹਨੂੰ ਉਹਦੇ 'ਚ ਕਰ ਦੇਣਾ ਕਿ ਇਹਦੇ 'ਚ ਕਿੰਨਾ ਸਾਡਾ ਐਕਸਪੈਂਸ ਆਉਂਦਾ ਇੱਕ ਏਕੜ 'ਤੇ, ਚਲਾਉਣ ਦਾ, ਓਪਰੇਟਰ ਦੇ ਖਰਚੇ, ਟਰਾਂਸਪੋਰਟ, ਇਹਦਾ ਫਿਲਟਰ ਚੇਂਜ, ਆਇਲ ਚੇਂਜ, ਸਾਰੀਆਂ ਚੀਜ਼ਾਂ ਨੂੰ ਪਾ ਕੇ ਰਿਪੇਅਰ ਮੇਨਟੇਨੈਂਸ 'ਤੇ ਦੀ ਵੈਸੇ ਨਾ ਹੁੰਦੇ ਬਰਾਬਰ ਹੈ, ਉਹ ਸਾਰੀ ਕੈਲਕੂਲੇਸ਼ਨ ਜਿਹੜੀ ਹੈ ਉਹਦੇ ਵਿੱਚ ਜਿਹੜੀ ਬੱਚਤ ਹੈ। ਇੰਨਾ ਬਿਜ਼ਨਸ, ਮੈਂ ਬਿਜ਼ਨਸ ਦਾ ਸਟੂਡੈਂਟ ਵੀ ਹਾਂ, ਅਸੀਂ ਇਹਦੇ ਵਿੱਚ ਇੰਨਾ ਰਿਟਰਨ ਕਿਸੇ ਵੀ ਬਿਜ਼ਨਸ 'ਤੇ ਇੰਨਾ ਫਾਸਟ ਨਹੀਂ ਹੈ।
ਜਿੰਨੀ ਰਿਕਵਰੀ ਤੁਹਾਨੂੰ ਇੱਥੇ ਮਿਲਦੀ ਹੈ, ਜਿੰਨਾ ਸਾਡਾ 80-90 ਲੱਖ ਏਕੜ ਸਾਡਾ ਪਾਕਿਸਤਾਨ 'ਚ ਰਾਈਸ ਲੱਗਦਾ, ਔਰ ਰੈਂਟਲ ਸਰਵਿਸਿਜ਼ ਵਾਸਤੇ ਤੁਸੀਂ ਲੈ ਲੈਂਦੇ ਹੋ 10-12 ਏਕੜ ਵਾਲਾ ਬੰਦਾ ਅਗਰ ਸਿਰਫ ਆਪਣੇ 12 ਕਿੱਲੇ ਕੱਟਣ ਵਾਸਤੇ ਲੈਣਾ ਚਾਹੁੰਦਾ ਤਾਂ ਫਿਰ ਤਾਂ ਫਿੱਟ ਨਹੀਂ ਹੈ, ਬਟ ਕਿਉਂਕਿ ਉਹਨੇ ਸਰਵਿਸ ਪ੍ਰੋਵਾਈਡਰ ਬਣਨਾ, ਅਗਰ ਉਹਨੇ ਕੋਈ ਇਨਵੈਸਟਮੈਂਟ ਕਰਨੀ ਹੈ ਫਾਰ ਫਿਊਚਰ ਬਿਜ਼ਨਸ ਕਰਨਾ ਤਾਂ ਉਹਦੇ ਵਾਸਤੇ ਆਈਡੀਅਲ ਬਿਜ਼ਨਸ ਹੈ। ਹਾਲਾਤ ਬਣੀ ਹੋਈ ਹੈ ਨਾ ਕਿਸਾਨ ਪਾਕਿਸਤਾਨੀ ਕਿਸਾਨਾਂ ਦੀ, ਪਾਕਿਸਤਾਨੀ ਕਿਸਾਨ ਤਾਂ ਹੁਣ ਮੇਰਾ ਖਿਆਲ 240 ਟਰੈਕਟਰ ਨਹੀਂ ਖਰੀਦ ਸਕਦਾ, ਛੋਟਾ ਟਰੈਕਟਰ ਮਤਲਬ ਨਹੀਂ ਖਰੀਦ ਸਕਦਾ। ਅਸੀਂ ਦੇਖੋ ਜੀ, ਅਸੀਂ ਆਪਣੀਆਂ ਪ੍ਰਾਈਸਿਸ ਘੱਟ ਰੱਖੀਆਂ, ਚੀਜ਼ ਨੂੰ ਅੱਛਾ ਦਿੱਤਾ, ਔਰ ਅਸੀਂ ਫਿਰ ਹੁਣ ਜਿਹੜਾ ਪਲਾਨ ਕੀਤਾ ਨਾ ਲੀਜ਼ਿੰਗ ਵਾਲਾ, ਅਸੀਂ ਫਾਈਨਾਂਸਿੰਗ ਵੀ ਸਾਡੇ ਕੋਲ ਜ਼ਿੰਮੇਵਾਰ ਆਉਂਦਾ ਹੈ, ਉਹ ਚਾਹੁੰਦਾ ਮੈਂ ਉਹ ਕਹਿੰਦਾ ਮੈਂ ਨੈੱਟ ਨਹੀਂ ਲੈ ਸਕਦਾ ਕਿਸ਼ਤਾਂ ਦਾ ਜਿਹੜਾ। ਹਾਂ ਅਸੀਂ ਟਰੈਕਟਰਾਂ 'ਤੇ ਵੀ ਹੋਏਗਾ। ਹਾਂ ਟਰੈਕਟਰਾਂ 'ਤੇ ਵੀ, ਟਰੈਕਟਰਾਂ 'ਤੇ ਤਾਂ ਪਹਿਲੇ ਅਸੀਂ ਫਾਈਨਾਂਸਿੰਗ ਕਿਉਂਕਿ ਦੇਖੋ ਟਰੈਕਟਰ ਜਿਹੜਾ ਉਹ ਤਾਂ ਸਭ ਤੋਂ ਬੇਸਿਕ ਜ਼ਰੂਰਤ ਹੈ ਕਿਸਾਨ ਦੀ, ਹਾਰਵੈਸਟਰ ਵੀ ਬਾਅਦ 'ਚ ਆਉਂਦਾ ਹੈ। ਹਾਂਜੀ ਬਾਕੀ ਇੰਪਲੀਮੈਂਟ ਸਾਰੇ ਬਾਅਦ 'ਚ ਆਉਂਦੇ ਨੇ, ਟਰੈਕਟਰ ਤਾਂ ਪਹਿਲੀ ਜ਼ਰੂਰਤ ਹੈ। ਹਾਂਜੀ ਜਿਹਨੇ ਜ਼ਮੀਨ ਦੀ ਤਿਆਰੀ ਤੋਂ ਸ਼ੁਰੂ ਹੋ ਜਾਣਾ ਹੈ, ਟਿਊਬਲ ਚਲਾਉਣ ਤੋਂ, ਇਹ ਤਾਂ ਜ਼ਰੂਰਤ ਹੈ ਨਾ ਸਭ ਤੋਂ ਜਿਹੜੀ ਬੇਸਿਕ ਜ਼ਰੂਰਤ ਹੈ। ਇਹਦੇ ਉੱਤੇ ਅਸੀਂ ਲੋਨਿੰਗ ਸਕੀਮ ਜਿਹੜੀ ਲੀਜ਼ਿੰਗ ਵਾਲਾ ਕੀਤਾ ਨਾ ਜੀ ਸਲਿਊਸ਼ਨ, ਤਾਂ ਕਿ ਜਿਹੜਾ ਕਿਸਾਨ ਨੈੱਟ ਨਹੀਂ ਲੈ ਸਕਦਾ ਨਾ ਉਹਨੂੰ ਅਸੀਂ ਫਾਈਨਾਂਸਿੰਗ ਕਰਵਾ ਦਈਏ, ਉਹਦੇ ਕੋਲ ਕੋਈ ਚੰਦ ਪਰਸੈਂਟ, ਕੋਈ 15-20% ਡਾਊਨ ਪੇਮੈਂਟ ਕਰਕੇ ਉਹਨੂੰ ਅਸੀਂ ਦੋ ਸਾਲ ਦਾ 3 ਸਾਲ ਦਾ ਜਿਹੜਾ ਨਾ ਉਹ ਲੀਜ਼ਿੰਗ ਪਲਾਨ ਦੇ ਦਈਏ, ਤਾਂ ਕਿ ਉਹ ਆਸਾਨੀ ਦੇ ਨਾਲ ਉਹਨੂੰ ਪੇਬੈਕ ਕਰ ਲਏ, ਔਰ ਆਪਣੀ ਇੱਕ ਮਸ਼ੀਨ ਜਿਹੜੀ ਉਹਦੇ ਫਾਰਮ ਦੀ ਲੋੜ ਹੈ ਉਹਨੂੰ ਆਪਣੇ ਇਸਤੇਮਾਲ 'ਚ ਲਿਆਏ, ਉਹ ਵੀ ਸ਼ਾਮਿਲ ਹੈ। ਬਾਈ ਤੁਹਾਡਾ ਬਹੁਤ ਸ਼ੁਕਰੀਆ ਇੱਥੇ ਦੀਪਾਲਪੁਰ ਤਸ਼ਰੀਫ ਲਿਆਉਣ ਦਾ। ਸ਼ੁਕਰੀਆ ਜੀ। ਔਰ ਇੱਥੇ ਇਸ ਦੀਪਾਲਪੁਰ ਨੂੰ ਆਪਣੇ ਸ਼ੋਰੂਮ ਵਾਸਤੇ ਚੋਇਸ ਕਰਨ ਦਾ। ਨਹੀਂ ਜੀ ਜ਼ਰੂਰ, ਹਾਂ ਅਸੀਂ ਦੀਪਾਲਪੁਰ ਸ਼ੋਰੂਮ ਦਾ ਵੀ ਇਨਸ਼ਾਅੱਲਾ ਜਲਦ ਕਿਸੇ ਦੇ ਨਾਲ ਪੈਚਅਪ ਕਰਕੇ ਨਾ ਇੱਥੇ ਡਿਸਪਲੇ ਬਣਾਉਣਾ ਚਾਹ ਰਹੇ। ਹਾਂਜੀ ਔਰ ਤੁਸੀਂ ਬੜਾ ਅੱਛਾ ਕਰ ਰਹੇ ਹੋ, ਜਿਹੜਾ ਨਵੀਂ ਚੀਜ਼ਾਂ ਨੂੰ ਨਾ ਕਰ ਰਹੇ ਹੋ ਕਿਸਾਨਾਂ ਤੱਕ ਪਹੁੰਚ ਰਹੀਆਂ ਨੇ। ਦੂਜੀ ਕੰਪਨੀਆਂ ਦੀਆਂ ਵੀ, ਮੈਂ ਕੋਈ ਬ੍ਰਾਂਡ ਕੌਨਸ਼ੀਅਸ ਨਹੀਂ ਹਾਂ ਜੀ, ਬਾਈਜ਼ ਨਹੀਂ ਹਾਂ ਜੀ, ਬੜਾ ਬੋਲਡ ਔਰ ਇਸ ਤਰ੍ਹਾਂ ਕਿ ਨਵੀਂ ਮਸ਼ੀਨ ਲੇਟੈਸਟ ਟੈਕਨੋਲੋਜੀ ਸਾਡੇ ਜ਼ਿੰਮੇਦਾਰ ਤੱਕ ਪਹੁੰਚੇ, ਰੈਂਟਲ ਦੀ ਮਾਰਕੀਟ ਪਹੁੰਚੀ ਹੈ ਉਸ ਤਰ੍ਹਾਂ। ਥੈਂਕ ਯੂ ਦੋਸਤੋ, ਇਸ ਵੀਡੀਓ ਨਾਲ ਇਜਾਜ਼ਤ ਦਿਓ, ਇਨਸ਼ਾਅੱਲਾ ਅਗਲੀ ਵੀਡੀਓ ਨਾਲ ਮਿਲਾਂਗੇ ਜੀ, ਰੱਬ ਰਾਖਾ।